ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਅੱਜ ਦਾ ਜਿਹੜਾ ਪ੍ਰਾਈਮ ਫੋਕਸ ਹੈ ਬੜਾ ਖਾਸ ਹੈ ਕਿਉਂਕਿ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੀ ਨਜ਼ਰ ਜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਲੱਗੀ ਆ ਤਾਂ ਉਸ ਰਾਜਨੀਤੀ ਦੇ ਵਿੱਚੋਂ ਇੱਕ ਪਰਟੀਕੁਲਰ ਲੀਡਰ ਦੇ ਉੱਪਰ ਲੱਗੀ ਹੈ ਕਿ ਉਸ ਲੀਡਰ ਨੇ ਅੱਜ ਕੀ ਬਿਆਨ ਦਿੱਤਾ, ਉਸ ਲੀਡਰ ਵੱਲੋਂ ਅੱਜ ਕੀ ਕਿਹਾ ਗਿਆ, ਉਸ ਲੀਡਰ ਦੀ ਫਿਊਚਰ ਦੀ ਰਣਨੀਤੀ ਕੀ ਆ, ਉਸ ਲੀਡਰ ਨੇ ਹੁਣ ਪੰਜਾਬ ਦੇ ਲਈ ਕੀ ਹਾਲ ਦਾ ਨਾਰਾ ਮਾਰਿਆ। ਪਿਛਲੇ ਕਾਫੀ ਸਮੇਂ ਤੋਂ ਸਾਡੀ ਕੋਸ਼ਿਸ਼ ਸੀ ਕਿ ਵੀ ਕਿਉਂ ਨਾ ਆਪਾਂ ਤੁਹਾਡੀ ਮੁਲਾਕਾਤ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਨਾਲ ਕਰਾਈਏ, ਪਰ ਚਲੋ ਉਹਨਾਂ ਦੇ ਵੀ ਰੁਝੇਵੇਂ ਸੀਗੇ, ਪਰ ਅੱਜ ਉਹ ਆਪਣੇ ਨਾਲ ਸਟੂਡੀਓ 'ਚ ਨੇ, ਸੋ ਅੱਜ ਆਪਾਂ ਉਹਨਾਂ ਦੇ ਨਾਲ ਤੁਹਾਡੇ ਦਿਲ ਦੀਆਂ ਗੱਲਾਂ ਜ਼ਰੂਰ ਕਰਾਂਗੇ। ਖਹਿਰਾ ਸਾਹਿਬ ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਹੁਤ ਸ਼ੁਕਰੀਆ ਔਰ ਸਭ ਨੂੰ ਫਤਿਹ ਬੁਲਾਉਣਾ ਜੀ। ਖਹਿਰਾ ਸਾਹਿਬ ਪਹਿਲੀ ਗੱਲ ਤਾਂ ਇਹ ਵੀ ਮੈਂ ਨਕਾਰਾਤਮਕ ਸਵਾਲ ਤੋਂ ਨਹੀਂ ਸ਼ੁਰੂ ਕਰਨਾ ਚਾਹੁੰਦਾ, ਨਾ ਮੈਂ ਤੁਹਾਨੂੰ ਖਹਿਰਾ ਤੁਹਾਡਾ ਕਹੂੰਗਾ, ਨਾ ਮੈਂ ਆਪਦੀ ਗੱਲ ਕਰੂੰਗਾ। ਮੈਂ ਗੱਲ ਕਰੂੰਗਾ ਕਿ ਪੰਜਾਬ ਦਾ ਲੀਡਰ ਸਰਦਾਰ ਸੁਖਪਾਲ ਸਿੰਘ ਖਹਿਰਾ ਇਸ ਵਕਤ ਲੋਕਾਂ ਦੀ ਨਜ਼ਰ ਅਤੇ ਪਲੱਸ ਆਸ਼ਾਵਾਂ ਬਹੁਤ ਜ਼ਿਆਦਾ ਨੇ, ਠੀਕ ਹੈ ਜੀ। ਮਤਲਬ ਲੋਕਾਂ ਨੂੰ ਇਹ ਲੱਗਦਾ ਕਿ ਜੇ ਪੰਜਾਬ ਦੇ ਲਈ ਕੋਈ ਕੁਝ ਫਿਊਚਰ 'ਚ ਕਰ ਸਕਦਾ ਤਾਂ ਉਹ ਸਰਦਾਰ ਸੁਖਪਾਲ ਸਿੰਘ ਖਹਿਰਾ। ਜ਼ਿੰਮੇਵਾਰੀ ਕਿੰਨੀ ਕੁ ਮਹਿਸੂਸ ਕਰਨ ਲੱਗ ਪਏ ਹੋ ਪਿਛਲੇ ਦਿਨਾਂ ਤੋਂ ਬਾਅਦ? ਪਿਛਲੇ ਕੁਛ 2-2.5 ਮਹੀਨਿਆਂ ਤੋਂ ਡੈਫੀਨੇਟਲੀ ਆਪਣੇ ਵੱਲੋਂ ਤਾਂ ਉਹਨਾਂ ਨੇ ਮੈਨੂੰ ਡਿਸਪਲੇਸ ਕੀਤਾ ਸੀਗਾ ਇੱਕ ਪੋਜੀਸ਼ਨ ਤੋਂ, ਪਰ ਕੁਦਰਤ ਅਤੇ ਵਾਹਿਗੁਰੂ ਬਹੁਤ ਬੇਅੰਤ ਆ। ਔਰ ਉਸ ਤੋਂ ਬਾਅਦ ਮੈਨੂੰ ਮਹਿਸੂਸ ਹੋਣ ਲੱਗਿਆ ਕਿ ਲੋਕਾਂ ਨੇ ਜਿਹੜਾ ਮੇਰਾ 1 ਸਾਲ ਦਾ ਕੰਮ ਸੀਗਾ ਵਿਰੋਧੀ ਧਿਰ ਦਾ, ਜਾਂ ਪਿੱਛੇ ਜਿਹੜਾ ਤਕਰੀਬਨ ਲਗਭਗ 2 ਦਹਾਕਿਆਂ ਤੋਂ ਮੈਂ ਲੜ ਰਿਹਾ ਸੀਗਾ ਅਰਸੇ ਤੋਂ ਇਸ ਸਿਸਟਮ ਦੇ ਖਿਲਾਫ, ਲੋਕਾਂ ਨੇ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ। ਸੋ ਮੈਨੂੰ ਡੈਫੀਨੇਟਲੀ ਆਈ ਕੈਨ ਫੀਲ ਕਿ ਮੇਰੀ ਰਿਸਪੋਂਸੀਬਿਲਿਟੀ ਵੀ ਵੱਧਦੀ ਹੈ ਜਦੋਂ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਨਾਲ ਇਸ ਕਦਰ ਜੁੜਨ ਲੱਗ ਜਾਣ, ਤਾਂ ਤੁਹਾਨੂੰ ਹਰ ਕਦਮ ਜਿਹੜਾ ਬਹੁਤ ਧਿਆਨ ਨਾਲ ਚੁੱਕਣਾ ਚਾਹੀਦਾ, ਤਾਂ ਕਿ ਕਿਸੇ ਦਾ ਵੀ ਕੋਈ ਐਂ ਨਾ ਮਹਿਸੂਸ ਹੋਵੇ ਕਿ ਅਸੀਂ ਇਹਦੇ 'ਤੇ ਕੌਨਫੀਡੈਂਸ ਕੀਤਾ ਸੀਗਾ ਤਾਂ ਫਲਾਂ ਲੀਡਰ ਜਾਂ ਫਲਾਂ ਪਾਰਟੀ ਨੇ ਸਾਡਾ ਕੌਨਫੀਡੈਂਸ ਤੋੜਿਆ। ਸੋ ਸੈਂਸ ਆਫ ਰਿਸਪੋਂਸੀਬਿਲਿਟੀ ਜ਼ਿਆਦਾ ਨਜ਼ਰ ਆ ਰਹੀ। ਅੱਛਾ ਇੱਕ ਗੱਲ ਦੱਸੋ ਕਿ ਇਹ ਜਦੋਂ ਤੋਂ ਆਪਾਂ ਬਠਿੰਡਾ ਵਾਲੀ ਕਨਵੈਨਸ਼ਨ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਹਾਂਜੀ, ਉਹਦੇ ਤੋਂ ਪਹਿਲਾਂ ਤੁਹਾਨੂੰ ਇਹ ਲੱਗ ਪਈ ਸੀ ਕਿਤੇ ਨਾ ਕਿਤੇ ਅੰਦਰ ਖਾਤੇ ਕੋਈ ਗੱਲ ਚੱਲਦਾ, ਇੰਟਿਊਸ਼ਨ ਸੀਗੀ ਕਿ ਕੁਛ ਅੰਦਰ ਅੰਦਰ ਰਿੱਝ ਰਿਹਾ? ਕਿਉਂਕਿ ਮੈਂ ਇੱਕ ਇੰਸੀਡੈਂਟ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਹੁਣ ਵੀ ਨਵੰਬਰ ਦਾ ਮਹੀਨਾ 2018, ਪਰ ਨਵੰਬਰ 2017 ਦੇ ਵਿੱਚ ਵੀ ਅਮਨ ਅਰੋੜਾ ਅਤੇ ਬਲਜਿੰਦਰ ਕੌਰ ਹੋਰਾਂ ਦਾ 3-4 ਹੋਰ ਲੀਡਰ ਨੇ, ਉਹਨਾਂ ਦਾ ਬਿਆਨ ਤੁਹਾਡੇ ਅਗੇਂ ਸੀਗਾ ਜਦੋਂ ਡਰੱਗ ਕੇਸ ਵਾਲੀ ਗੱਲ ਨਿਕਲੀ ਸੀ ਅਤੇ ਫਟਾਫਟ ਅਸਤੀਫੇ ਦੀ ਡਿਮਾਂਡ ਆਉਣ ਲੱਗ ਗਈ ਸੀ। ਇਹਦਾ ਮਤਲਬ ਧੁਖਦੀਆਂ ਗੱਲਾਂ ਪਹਿਲਾਂ ਦੀਆਂ ਸੀ? ਮੈਂ ਤੁਹਾਡੇ ਨਾਲ ਅੱਜ ਤੁਹਾਡੇ ਟੈਲੀਵਿਜ਼ਨ 'ਤੇ ਪਹਿਲੀ ਗੱਲ ਡਿਸਕਲੋਜ਼ ਕਰਦਾ, ਮੈਂ ਕਦੀ ਕਿਸੇ ਨੂੰ ਕੀਤੀ ਨਹੀਂ ਗੀ। ਜਦੋਂ ਮੈਨੂੰ ਲੀਡਰ ਆਫ ਓਪੋਜੀਸ਼ਨ ਬਣਾਉਣਾ ਸੀਗਾ ਤਾਂ ਅਸਲ 'ਚ ਚੰਡੀਗੜ੍ਹ ਵਿੱਚ 16 MLAs ਦੀ ਇੱਕ ਬੈਠਕ ਹੋਈ ਸੀਗੀ ਜਦੋਂ ਫੁਲਕਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਸੀਗਾ, ਤਾਂ 16 MLAs ਦੀ ਬੈਠਕ ਹੋ ਕੇ ਇੱਕ ਚਿੱਠੀ ਲਿਖੀ ਗਈ ਜਿਹੜੀ ਕਿ ਚਿੱਠੀ ਕਦੀ ਦਿੱਲੀ ਭੇਜੀ ਨਹੀਂ ਗਈ, ਪਰ ਉਹ 16 ਮੈਂਬਰਸ ਦੇ ਵਿੱਚ ਹਮੇਸ਼ਾ ਹਰ ਗੱਲ ਵਿੱਚ 1-2 ਇਸ ਤਰ੍ਹਾਂ ਦੇ ਜਸੂਸ ਹੁੰਦੇ ਨੇ ਜਿਹੜੇ ਦਿੱਲੀ ਦੱਸ ਦਿੰਦੇ ਨੇ ਕਿ ਅਸੀਂ 16 ਇੱਥੇ ਇਕੱਠੇ ਹੋਏ ਨੇ, 16 ਨੇ ਇੱਕ ਚਿੱਠੀ ਲਿਖ ਛੱਡੀ ਆ ਔਰ 16 ਨੇ ਕਮਿਟਮੈਂਟ ਕਰ ਲਈ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਅਸੀਂ ਲੀਡਰ ਆਫ ਓਪੋਜੀਸ਼ਨ ਬਣਾਵਾਂਗੇ। ਤਾਂ ਉਹ ਜਿਹੜੀ ਦਿੱਲੀ ਵਿੱਚ MLAs ਨੂੰ ਬੁਲਾਇਆ ਗਿਆ ਉਸ ਵਕਤ ਪ੍ਰਕਿਰਿਆ ਫੋਲੋ ਕੀਤੀ ਗਈ ਸੀ, ਹਰ ਇਕੱਲੇ MLA ਨੂੰ ਬੁਲਾ ਕੇ ਅਰਵਿੰਦ ਕੇਜਰੀਵਾਲ ਨੇ ਪਰਸਨਲੀ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਵਿਊਜ਼ ਕੀ ਆ। ਤਾਂ ਜਦੋਂ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ ਤਾਂ ਅਖੀਰ ਵਿੱਚ ਮੈਨੂੰ ਬੁਲਾਇਆ ਗਿਆ, ਤਾਂ ਮੈਨੂੰ ਕਹਿਣ ਲੱਗੇ ਕਿ ਥੋੜ੍ਹੀ ਜਿਹੀ ਉਹਨਾਂ ਨੇ ਆਪਣੀ ਜਿਹੜੀ ਜੋ ਕਿਉਂਕਿ ਮੈਂ ਇਲੈਕਸ਼ਨ ਤੋਂ ਪਹਿਲਾਂ ਅਤੇ ਇਲੈਕਸ਼ਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀਆਂ ਉਨਤਾਈਆਂ ਦਾ ਹਮੇਸ਼ਾ ਬੋਲਦਾ ਰਿਹਾ, ਪਹਿਲਾਂ ਵਿਦ ਇਨ ਹਾਊਸ ਬੋਲਦਾ ਰਿਹਾ, ਇਲੈਕਸ਼ਨ ਹਾਰਨ ਤੋਂ ਬਾਅਦ ਮੈਂ ਕਾਫੀ ਵੋਕਲ ਹੋ ਕੇ ਕਿਹਾ ਕਿ ਬੜਾ ਵੱਡਾ ਨੁਕਸਾਨ ਹੋਇਆ ਵਾ ਅਤੇ ਇਹਦੀ ਪੜਚੋਲ ਹੋਣੀ ਚਾਹੀਦੀ ਆ। ਤਾਂ ਉਹ ਨਾਰਾਜ਼ ਮੇਰੇ ਨਾਲ ਸੀਗੇ ਹੀ, ਪਰ ਸਭ ਤੋਂ ਜਿਹੜਾ ਨੈਗੇਟਿਵ ਕਮੈਂਟ ਮੈਨੂੰ ਲੱਗਿਆ ਜਦੋਂ ਉਹਨਾਂ ਨੇ ਮੈਨੂੰ ਕਹਿਤਾ ਕਿ MLAs ਆਪਕੇ ਹੱਕ ਮੇ ਹੈ, ਹਮ ਬਣਾ ਰਹੇ ਹੈ ਲੇਕਿਨ ਬਣਾਉਣਾ ਨਹੀਂ ਚਾਹਤੇ ਥੇ। ਤਾਂ ਉੱਦਣ ਹੀ ਮੈਨੂੰ ਖੜਕ ਗਿਆ ਸੀਗਾ ਕਿ ਇਹ ਮੈਨੂੰ ਪੂਰੀ ਟਰਮ ਤਾਂ ਕਦੀ ਵੀ ਨਹੀਂ ਚੱਲਣ ਦੇਣਗੇ, ਪਰ ਫਿਰ ਵੀ ਮੈਂ ਉਸ ਗੱਲ ਨੂੰ ਪਿੱਛੇ ਰੱਖ ਕੇ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਜੋ ਮੇਰੇ 'ਤੇ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਸੀ, ਬਿਕੋਜ਼ ਇਟਸ ਨੋਟ ਦ ਰਿਸਪੋਂਸੀਬਿਲਿਟੀ ਆਫ ਓਨਲੀ 1 ਪਾਰਟੀ, ਵੈਨ ਯੂ ਆਰ ਅ ਲੀਡਰ ਆਫ ਓਪੋਜੀਸ਼ਨ ਯੂ ਆਰ ਰਿਸਪੋਂਸੀਬਲ ਟੂ ਦ ਮਾਸਿਸ ਐਟ ਲਾਰਜ। ਤਾਂ ਮੈਂ ਆਪਣਾ ਕੰਮ ਜਦੋਂ ਸ਼ੁਰੂ ਕਰਤਾ ਤਾਂ ਫਿਰ ਉਹਦੇ ਵਿੱਚ ਉਹਨਾਂ ਦੇ ਜਿਹੜੇ ਸੋ ਕਾਲਡ ਚੰਗਾ ਤਾਂ ਨਹੀਂ ਲੱਗਦਾ ਸ਼ਬਦ, ਬਟ ਜਿਹੜੇ ਏਜੰਟ ਸੀਗੇ ਉਹ ਹਰ ਵਕਤ ਮੈਨੂੰ ਮੇਰੇ ਰਾਹ ਕੱਟ ਰਹੇ ਸੀਗੇ। ਤੁਸੀਂ ਦੇਖੋ ਨਾ ਜਿਹੜਾ ਤੁਸੀਂ ਜ਼ਿਕਰ ਕੀਤਾ ਜਿਹੜਾ ਨਸ਼ਿਆਂ ਦਾ ਬੇਬੁਨਿਆਦ ਇਲਜ਼ਾਮ ਮੇਰੇ 'ਤੇ ਲਾਇਆ, ਅਤੇ ਅਕਾਲੀਆਂ ਨੇ BJP ਨੇ ਕਾਂਗਰਸ ਨੇ ਤਾਂ ਰੌਲਾ ਪਾਉਣਾ ਹੀ ਸੀਗਾ, ਜਿਹਨਾਂ ਦਾ ਤੁਸੀਂ ਨਾਮ ਜ਼ਿਕਰ ਕੀਤਾ ਉਹ ਵੀ ਮੇਰਾ ਅਸਤੀਫਾ ਮੰਗਣ ਲੱਗ ਗਏ ਜੀ। ਸੋ ਉੱਥੋਂ ਤੁਹਾਨੂੰ ਨਜ਼ਰ ਆਉਂਦਾ ਸੀਗਾ ਕਿ ਇਹ ਲੋਕ ਕੰਸਿਸਟੈਂਟਲੀ ਟਰਾਈ ਕਰਨਗੇ ਤੁਹਾਡਾ ਰਾਹ ਰੋਕਣ। ਹੋਰ ਵੀ ਬਹੁਤ ਸਾਰੇ ਮੌਕੇ ਆਏ ਜਦੋਂ ਕਈ ਵਾਰ 2020 ਦੀ ਬਹਿਸ ਛਿੜੀ, ਮੈਂ ਤਾਂ ਆਪਣੀ ਇਮਾਨਦਾਰੀ ਦੇ ਨਾਲ ਜਿਹੜਾ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਸੀ ਜੋ ਵਿਤਕਰਾ Post-47 ਪੰਜਾਬੀ ਸੂਬੇ ਦੀ ਗੱਲ ਕਰ ਲਈਏ ਜਾਂ ਦਰਬਾਰ ਸਾਹਿਬ 'ਤੇ ਹਮਲੇ ਦੀ ਗੱਲ ਕਰ ਲਈਏ, ਪਾਣੀਆਂ ਦੀ ਗੱਲ ਕਰ ਲਈ, ਮੈਂ ਜੈਨੂਅਨਲੀ ਸਿਰਫ ਪੰਜਾਬ ਨਾਲ ਵਿਤਕਰਾ ਗਿਣਾ ਰਿਹਾ ਸੀ, ਲੇਕਿਨ ਇਹਨਾਂ ਲੋਕਾਂ ਨੇ ਦਿੱਲੀ ਦੀ ਕਚਹਿਰੀ ਵਿੱਚ ਜਾ ਕੇ ਬਹੁਤ ਕਾਨਾਫੂਸੀ ਕੀਤੀ ਔਰ ਇਹਨਾਂ ਦੀ ਪੂਰੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਇਹਨੂੰ ਹਟਾਇਆ ਜਾਵੇ, ਇਹਨਾਂ ਦਾ ਟੋਟਲ ਜ਼ੋਰ। ਔਰ ਜਦੋਂ ਮੈਨੂੰ ਹਟਾਇਆ ਵੀ ਆ, ਹਟਾਇਆ ਤਾਂ ਸਿੱਧਾ ਪੱਧਰਾ ਇਸ ਕਰਕੇ ਸੀਗਾ
ਜਾਂ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਪੰਜਾਬ ਦੇ ਲੋਕ ਤਾਂ ਬਹੁਤ ਇਨਫਲੂਐਂਸ ਹੋ ਰਹੇ ਨੇ ਇਹਦੇ ਕੰਮਕਾਰ ਨਾਲ, ਫਿਰ ਉਹਨਾਂ ਨੇ ਮੈਨੂੰ ਇਹ ਕਹਿ ਕੇ ਹਟਾਤਾ ਅਖੀਰ ਪਬਲਿਕ ਲੋਕਾਂ ਦੀ ਕਚਹਿਰੀ 'ਚ ਕਿ ਜੀ ਅਸੀਂ ਦਲਿਤ ਚਿਹਰੇ ਨੂੰ ਮੌਕਾ ਦੇਣਾ ਸੀਗਾ ਜੀ। ਸੋ ਅਸੀਂ ਕਿਹਾ ਕਿ ਜੇ ਦਲਿਤ ਚਿਹਰੇ ਨੂੰ ਮੌਕਾ ਦੇਣਾ ਸੀਗਾ ਤਾਂ ਉਹ ਪੰਜਾਬ ਵਿੱਚ ਜੀ ਸਦ ਕੇ ਦਿਓ ਅਤੇ ਦਿੱਲੀ 'ਚ ਵੀ ਦਿਓ ਨਾ ਜ਼ਰਾ। ਤਿੰਨ ਟੋਪ ਦੀਆਂ ਪੋਜੀਸ਼ਨਸ ਤੁਹਾਡੀਆਂ, ਕਨਵੀਨਰ ਪਾਰਟੀ, ਆਮ ਆਦਮੀ ਪਾਰਟੀ, ਚੀਫ ਮਿਨਿਸਟਰ, ਡਿਪਟੀ ਚੀਫ ਮਿਨਿਸਟਰ, ਤਿੰਨੇ ਜਨਰਲ ਕੈਟੇਗਰੀ ਕੋ ਇੱਕ ਉੱਥੇ ਵੀ ਛੱਡ ਦਿਓ ਜੀ। ਸੋ ਲਾਈ ਰਾਜ ਸਭਾ ਦੇ ਸੀਟਸ ਦਿੱਤੀਆਂ ਸੀ ਲੋਕਾਂ ਨੇ ਦਿੱਲੀ ਦਿੱਤੀ ਕਿ ਜੇ ਤਿੰਨ ਦਿੱਤੀਆਂ ਰਾਜ ਸਭਾ ਦੇ ਨੋਮੀਨੇਟ ਕੀਤੇ ਨੇ ਅਤੇ ਉੱਥੇ ਵੀ ਕੋਈ ਦਲਿਤ ਨੂੰ ਦੇਣੀ ਚਾਹੀਦੀ ਸੀ ਰਿਪ੍ਰੈਜੈਂਟੇਸ਼ਨ। ਸੋ ਇਹ ਸਾਰੇ ਪੱਤੇ ਸੀਗੇ। ਸੋ ਕਿਤੇ ਨਾ ਕਿਤੇ ਲੋਕ ਜਿਹੜੇ ਸੀਗੇ ਦੇ ਵਾਸ ਸੀਇੰਗ ਥਰੂ ਦ ਗੇਮ ਕਿ ਜੋ ਕੁਛ ਹੋ ਰਿਹਾ। ਇਸ ਲਈ ਮੈਨੂੰ ਡਿਸਪਲੇਸ ਕਰਨ ਤੋਂ ਬਾਅਦ ਉਹਨਾਂ ਨੇ ਸੋਚਿਆ ਸੀਗਾ ਕਿ ਇਹਨੂੰ ਹੁਣ ਅਸੀਂ ਕੱਟ ਦੇਵਾਂਗੇ, ਪਰ ਉਹ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕੁਦਰਤ ਬੜੀ ਬਿਆਨਤ ਆ, ਮੇਰੇ ਲਈ ਲੋਕਾਂ ਦੀਆਂ ਭਾਵਨਾਵਾਂ ਅਤੇ ਲੋਕਾਂ ਦੀ ਕਦਰ ਕਈ ਗੁਣਾ ਜ਼ਿਆਦਾ ਵਧੀ। ਅੱਛਾ ਇੱਕ ਗੱਲ ਦੱਸੋ ਖਹਿਰਾ ਸਾਹਿਬ, ਇਹ ਸ਼ੁਰੂ ਤੋਂ ਹੀ ਹੋ ਗਿਆ ਸੀ ਜਿਸ ਦਿਨ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਜੁਆਇਨ ਕੀਤਾ ਸੀ ਆਮ ਆਦਮੀ ਪਾਰਟੀ ਨੂੰ, ਉਦਨ ਗੱਲਾਂ ਹੋਰ ਸੀਗੀਆਂ, ਫਿਰ ਇਹ ਚੇਂਜ ਕਿੱਥੋਂ ਆ ਗਈ? ਉਹਨਾਂ ਨੂੰ ਲੱਗਿਆ ਵੀ ਅਸੀਂ ਗਲਤ ਬੰਦਾ ਲਾਇਆ ਜਾਂ ਕੋਈ? ਨਹੀਂ, ਮੈਨੂੰ ਹੁਣ ਮੈਂ ਜਦੋਂ ਵਾਪਸ ਜਾਂਦਾ ਵਾਂ ਤਾਂ ਜਿਹੜੀ ਜੁਆਇਨਿੰਗ ਸੀਗੀ ਨਾ ਗੁਰਪ੍ਰੀਤ ਜੀ, ਮੈਂ ਯਕੀਨ ਰੱਖਣਾ ਮੈਂ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਗਿਆ ਸੀਗਾ। ਸਾਰੀ ਦੁਨੀਆ 'ਚ ਬੈਠੇ ਐਨਆਰਆਈਜ਼ ਮੈਨੂੰ ਬਹੁਤ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਕਿ ਜਿੱਦਾਂ ਦੀ ਲੜਾਈ ਤੂੰ ਅਰਸੇ ਤੋਂ ਲੜ ਰਿਹਾ, ਇਹ ਤੇਰੀ ਲੜਾਈ ਆਮ ਆਦਮੀ ਪਾਰਟੀ ਦੀ ਲੜਾਈ ਨਾਲ ਮੈਚ ਕਰਦੀ ਆ। ਔਰ ਉਹਨਾਂ ਦਾ ਸਾਰਾ ਉਹਨਾਂ ਦੀਆਂ ਜਜ਼ਬਾਤਾਂ ਦੀ ਕਦਰ ਕਰਕੇ ਤਾਂ ਅਸੀਂ, ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਜਦੋਂ ਮੈਂ ਉੱਥੇ ਚਲੇ ਗਿਆ, ਮੈਂ ਜਦੋਂ ਸੰਜੇ ਸਿੰਘ ਦੁਰਗੇਸ਼ ਦੀ ਅਤੇ ਉਹਨਾਂ ਦੀ ਹਾਇਰ ਆਰਕੀ ਦੇਖੀ, ਮੈਨੂੰ ਸਮਝ ਆ ਗਿਆ ਕਿ ਮੈਂ ਹੁਣ ਆ ਤਾਂ ਗਿਆ ਵਾਂ, ਪਰ ਇਹਨਾਂ ਨੇ ਮੈਨੂੰ ਦੇ ਵਿਲ ਨੋਟ ਅਲਾਓ ਮੀ ਐਨੀ ਸਪੇਸ। ਤੁਸੀਂ ਦੇਖਿਆ ਹੋਣਾ ਕਿ ਕਾਫੀ ਦੇਰ ਮੈਨੂੰ ਉਹਨਾਂ ਨੇ ਬਿਲਕੁਲ, ਬਲਕਿ ਇੱਥੇ ਤੱਕ ਨੌਬਤ ਆ ਗਈ ਕਿ ਮੈਂ ਕਿਸੇ ਇੰਟਰਵਿਊ 'ਚ ਕਹਿ ਬੈਠਾ ਕਿ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿਹੜੀ ਸੀਟ ਲੜੋਗੇ, ਮੈਂ ਕਿਹਾ ਮੈਂ ਪਲਾਥੀ ਲੜੂੰਗਾ, ਅਤੇ ਮੈਨੂੰ ਉਹ ਛੋਟੇ ਜਿਹੇ ਬੱਚੇ ਦੁਰਗੇਸ਼ ਦਾ ਫੋਨ ਆਇਆ ਉਸੇ ਦਿਨ ਸ਼ਾਮ ਨੂੰ ਕਿ ਇਹ ਸੀਟ ਤੋਂ ਹਮ ਤੈਅ ਕਰੇਂਗੇ। ਮੈਂ ਕਿਹਾ ਦੁਰਗੇਸ਼, ਆਈ ਹੈਵ ਬੀਨ ਫਾਈਟਿੰਗ ਪਲਾਥ ਫੋਰ ਲੋਂਗ ਲੋਂਗ ਈਅਰਸ, ਆਈ ਕੈਨੋਟ ਡਿਚ ਮਾਈ ਸੀਟ। ਤੁਸੀਂ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਕਰਨੀ ਤਾਂ ਮੈਨੂੰ ਟਾਈਮ ਸਿਰ ਤੁਸੀਂ ਹੁਣੇ ਦੱਸ ਦਿਓ ਤੁਹਾਡੇ ਮਨ ਵਿੱਚ ਕੀ ਆ। ਉਹ ਥੋੜ੍ਹਾ ਜਿਹਾ ਉਸ ਤੋਂ ਬਾਅਦ ਘਬਰਾ ਗਿਆ। ਇਹਨਾਂ ਦੀ ਸਾਰੀ ਦਿੱਲੀ ਦੀ ਟੀਮ ਦੀ ਕੋਸ਼ਿਸ਼ ਸੀਗੀ ਕਿ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਕਿਸੇ ਦੀ ਪ੍ਰੋਜੈਕਸ਼ਨ ਨਹੀਂ ਹੋਣੀ। ਭਗਵੰਤ ਮਾਨ ਮੇਰਾ ਛੋਟਾ ਭਰਾ ਵਾ, ਜਿੰਨਾ ਮਰਜ਼ੀ ਭੱਜਾ ਫਿਰਦਾ, ਇਹਨੂੰ ਕਦੀ ਵੀ ਇਹਨੂੰ ਅੰਦਰ ਵਾੜ ਕੇ ਭਾਵਾਂ ਕਹਿੰਦੇ ਨਹੀਂ ਹੋਣਗੇ ਕਿ ਤੈਨੂੰ ਅਸੀਂ ਲੀਡਰ ਆਗੂ ਬਣਾਵਾਂਗੇ ਪੰਜਾਬ ਦਾ, ਬਟ ਪਬਲਿਕਲੀ ਉਹਨਾਂ ਨੂੰ ਕਿਤੇ ਵੀ ਨਹੀਂ ਕੀਤਾ। ਉਹਨਾਂ ਦੇ ਵਾਂ ਉਹਨੀ ਯੂਜ਼ਿੰਗ ਐਵਰੀਬਡੀ, ਯੂ ਨੋ, ਭਗਵੰਤ ਮਾਨ ਨੂੰ ਬਿਕੋਜ਼ ਉਹਦਾ ਇੱਕ ਸੈਲੀਬ੍ਰਿਟੀ ਸਟੇਟਸ ਸੀਗਾ, ਉਹ ਭੀੜ ਇਕੱਠੀ ਕਰਕੇ ਅਤੇ ਆਪਣੀ ਗੱਲ ਕਹਿ ਕੇ ਉਹਨਾਂ ਦੇ ਜਿਹੜੇ ਸੀਗੇ ਭਾਵਨਾਵਾਂ ਦੇ ਨਾਲ ਅਨੁਕੂਲ ਚੱਲਦਾ ਸੀਗਾ, ਅਤੇ ਉਹਨਾਂ ਨੇ ਉਹਨੂੰ ਯੂਜ਼ ਕਰ ਰਹੇ ਸੀ। ਫੂਲਕਾ ਜੀ ਨੂੰ ਆਪਣੀ ਸਪੇਸ ਬਤੌਰ ਵਕੀਲ, ਬਤੌਰ ਇੱਕ 1984 ਦਾ ਜੈਨੋਸਾਈਡ ਦਾ ਵਕੀਲ, ਉਹਨਾਂ ਨੂੰ ਉੱਥੇ ਯੂਜ਼ ਕੀਤਾ ਜਾ ਰਿਹਾ ਸੀਗਾ। ਸੋ ਆਈ ਸਟਾਰਟਡ ਰਿਅਲਾਈਜ਼ਿੰਗ ਕਿ ਇਹ ਤਾਂ ਵਰਤ ਰਹੇ ਨੇ ਆਦਮੀ ਨੂੰ, ਪਰ ਉਦੋਂ ਤੱਕ ਬਹੁਤ ਲੇਟ ਹੋ ਚੁੱਕਿਆ ਸੀਗਾ। ਹਾਂ, ਤੁਸੀਂ ਗੱਲ ਵਰਤਣ ਦੀ ਕੀਤੀ, ਪਿਛਲੇ ਦਿਨ ਫੂਲਕਾ ਸਾਹਿਬ ਵੀ ਆਏ ਸੀ, ਉਹਨਾਂ ਦੇ ਅਸਤੀਫੇ ਦੇ ਖੁੱਲ੍ਹੀ ਗੱਲਬਾਤ ਕਰਕੇ ਗਏ ਨੇ, ਉਦੋਂ ਵੀ ਉਹਨਾਂ ਨੇ ਕਿਹਾ ਕਿ ਪਾਰਟੀ ਅੱਜ ਵੀ ਮੇਰੇ ਨਾਲ ਨਹੀਂ ਖੜੀ। ਤੁਹਾਨੂੰ ਲੱਗਦਾ ਕਿ ਅਗਲਾ ਨੰਬਰ ਹੁਣ ਭਗਵੰਤ ਮਾਨ ਦਾ ਵੀ ਲੱਗੂਗਾ? ਮੈਂ ਨਹੀਂ ਕਹਿ ਸਕਦਾ, ਜੇ ਤੁਸੀਂ ਬਿਲਕੁਲ ਹੀ ਉਹਨਾਂ ਦੇ ਲਿਫ ਜਾਣਾ ਵਾ, ਉਹਨਾਂ ਦੇ ਪੈਰਾਂ 'ਚ ਪੈ ਜਾਣਾ ਵਾ, ਦੈਨ ਦੇ ਵਿਲ ਨੋਟ ਐਕਟ ਅਗੇਂਸਟ ਯੂ। ਪਰ ਜਿਹੜਾ ਵੀ ਆਦਮੀ ਰੀੜ ਦੀ ਹੱਡੀ ਰੱਖਦਾ ਕੋਈ ਮਾੜੀ ਜਿਹੀ ਵੀ, ਉੱਥੇ ਕੋਈ ਟੋਲਰੈਂਸ ਨਹੀਂ। ਇੰਨੀ ਜਿਹਨੂੰ ਕਹਿੰਦੇ ਸੈਂਟਰਲਾਈਜੇਸ਼ਨ ਆਫ ਪਾਵਰ ਮੈਂ ਕਦੀ ਕਾਂਗਰਸ ਨਹੀਂ ਦੇਖੀ, ਕਦੀ ਕਿਸੇ ਹੋਰ ਪਾਰਟੀ ਨਹੀਂ ਦੇਖੀ ਜਿੰਨੀ ਸੈਂਟਰਲਾਈਜ਼ ਕਮਾਂਡ ਇਹਨਾਂ ਦੀ ਸੀਗੀ। ਔਰ ਤੁਸੀਂ ਦੇਖੋਗੇ ਕਿ ਇਲੈਕਸ਼ਨਾਂ ਦੇ ਵਿੱਚ ਪੰਜਾਬ ਦਾ ਕੋਈ ਵੀ ਚਿਹਰਾ ਨਾ ਦੇਣਾ ਅਤੇ ਸਾਰੇ ਪੰਜਾਬ ਦੀਆਂ ਕੰਧਾਂ 'ਤੇ ਲਿਖਾਤਾ ਕੇਜਰੀਵਾਲ, ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ। ਇੱਥੋਂ ਤੱਕ ਸੀਗਾ ਕਿ ਉਮੀਦਵਾਰ ਜਿਹੜੇ ਸੀਗੇ ਉਹਨਾਂ ਨੂੰ ਇਹ ਅਲਾਊਡ ਨਹੀਂ ਸੀਗਾ ਕਿ ਤੁਸੀਂ ਆਪਣੀ ਕੌਂਸਟੀਟੂਐਂਸੀ ਵਿੱਚ ਆਪਣਾ ਨਾਮ ਵੀ ਥੱਲੇ ਲਿਖਾ ਸਕਦੇ। ਸੋ ਉਹਨਾਂ ਦਾ ਅਟੈਂਪਟ ਸੀਗਾ ਕਿ ਜੋ ਦਿੱਲੀ ਵਿੱਚ ਜਿਸ ਤਰੀਕੇ ਦੇ ਨਾਲ 67 ਸੀਟਾਂ ਜਿੱਤੀਆਂ, ਅਸਲ 'ਚ ਉਹ 67 ਸੀਟਾਂ ਮੇਰੇ ਹਿਸਾਬ ਦੇ ਨਾਲ ਇਹਨਾਂ ਦੇ ਉਲਟ ਗਈਆਂ ਨੇ। ਇਹਨਾਂ ਨੂੰ ਐਰੋਗੈਂਟ ਬਣਾਤਾ ਔਰ ਇਹਨਾਂ ਦੇ ਮਨ ਵਿੱਚ ਓਵਰ ਕੌਨਫੀਡੈਂਸ ਬਿਲਡ ਹੋ ਗਿਆ ਕਿ ਇਹ ਤਾਂ ਗੱਲ ਸਾਰੇ ਇਸ ਦੇਸ਼ ਵਿੱਚ ਇਕੱਲੇ ਕੇਜਰੀਵਾਲ ਦੇ, ਬਾਕੀ ਤਾਂ ਐਵੇਂ ਖਿਡੌਣੇ ਨੇ। ਔਰ ਇਸ ਢੰਗ ਦੇ ਨਾਲ ਉਹਨਾਂ ਨੇ ਜਦੋਂ ਮੂਵ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਪੰਜਾਬ ਦੀ ਸਮਝ ਨਹੀਂ ਸੀਗੀ ਔਰ ਬਹੁਤ ਵੱਡਾ ਘਾਟਾ ਖਾਧਾ। ਔਰ ਕੁੱਲ ਮਿਲਾ ਕੇ ਲੌਸ ਕੇਜਰੀਵਾਲ ਦਾ ਤਾਂ ਜਿਹੜਾ ਹੋਇਆ ਹੀ ਹੋਇਆ, ਕੁੱਲ ਮਿਲਾ ਕੇ ਲੌਸ ਪੰਜਾਬ ਦੇ ਲੋਕਾਂ ਦਾ ਕੀਤਾ ਇਹਨਾਂ ਨੇ, ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਕ ਨੌਨ ਸਿੱਖ 'ਤੇ, ਇੱਕ ਨੌਨ ਪੰਜਾਬੀ 'ਤੇ, ਦੁਨੀਆ ਭਰ ਦੇ ਲੋਕਾਂ ਨੇ, ਐਨਆਰਆਈਜ਼ ਨੇ, ਪੰਜਾਬੀਆਂ ਨੇ, ਸਿੱਖਾਂ ਨੇ ਖਾਸ ਤੌਰ 'ਤੇ, ਬਿਲਕੁਲ ਸਹੀ, ਆਪਣੇ ਪੰਥਕ ਅਕਾਲੀ ਲੀਡਰਾਂ ਨੂੰ ਛੱਡ ਕੇ ਉਹਨਾਂ ਨੇ ਕੇਜਰੀਵਾਲ 'ਤੇ ਭਰੋਸਾ ਕੀਤਾ ਸੀਗਾ। ਸੋ ਮੈਨੂੰ ਇਹ ਲੱਗਦਾ ਵਾ ਕਿ ਇਹ ਸਮਝ ਨਹੀਂ ਸਕੇ ਜੇ ਕਿਤੇ ਇਹ ਪੰਜਾਬ ਨੂੰ ਅੱਛੀ ਤਰ੍ਹਾਂ ਨਾਲ ਡੈਮੋਕ੍ਰੈਟਿਕ ਤਰੀਕੇ ਨਾਲ ਡੀਲ ਕਰਦੇ ਔਰ ਪੰਜਾਬ ਦੇ ਵਿੱਚੋਂ ਇਨਸਾਫ ਪਸੰਦੀ ਦੇ ਨਾਲ ਲੀਡਰਸ਼ਿਪ ਬਿਲਡ ਕਰਦੇ, ਤਾਂ ਅੱਜ ਕੇਜਰੀਵਾਲ ਵੁੱਡ ਹੈ ਬੀਨ ਅ ਪੋਟੈਂਸ਼ੀਅਲ ਪ੍ਰਾਈਮ ਮਿਨਿਸਟਰ ਕੈਂਡੀਡੇਟ। ਘਾਟਾ ਉਹਦਾ ਵਾ ਅਤੇ ਘਾਟਾ ਜਿਹੜਾ ਲੋਕਾਂ ਦੇ ਨਾਲ ਵਿਸ਼ਵਾਸਘਾਤ ਹੋਇਆ। ਕਿਆ ਬਾਤ! ਮੈਂ ਦੱਸਦਾ ਜੀ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਵਕਤ ਦੇਖ ਰਹੇ ਹੋ ਜੀ ਪ੍ਰਾਈਮ ਫੋਕਸ, ਪ੍ਰਾਈਮ ਏਸ਼ੀਆ ਟੀ ਵੀ 'ਤੇ, ਮੇਰੇ ਨਾਲ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ, ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹਨਾਂ ਦੇ ਦਿਲ ਦੇ ਜਜ਼ਬਾਤ ਜਿਹੜੇ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ
ਅੱਛਾ ਇੱਕ ਬੇਨਤੀ ਇਹ ਸੀ ਕਿ ਜਦੋਂ ਤੁਸੀਂ ਕਾਂਗਰਸ ਸੀਗੇ ਉਦੋਂ ਵੀ ਬੜੀ ਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਟਸਲ ਰਹੀ, ਚਾਹੇ ਉਹ ਹਾਈਕਮਾਨ ਨਾਲ ਸੀ ਚਾਹੇ ਕਾਂਗਰਸ ਦੀ ਲੀਡਰਸ਼ਿਪ ਨਾਲ ਸੀ, ਫਿਰ ਆਪਾਂ ਆਪ ਦੇ ਵਿੱਚ ਜਾਂਦੇ ਹਾਂ ਉੱਥੇ ਵੀ ਉਹ ਚੀਜ਼ ਕਿਤੇ ਇੱਦਾਂ ਦੇ ਨਹੀਂ ਕਿ ਆਪਣੀ ਨਹੀਂ ਬਣਦੀ ਜਾਂ ਫਿਰ ਬੰਦੇ ਅਗਲੇ ਬੰਨੇ ਆਪਣੇ ਹਿਸਾਬ ਦੇ ਨਹੀਂ ਟੱਕਰਦੇ? ਨਹੀਂ ਗੁਰਪ੍ਰੀਤ, ਇੱਕ ਨਾ ਇਸ ਭਾਰਤ ਦੀ ਰਾਜਨੀਤੀ 'ਚ ਇੱਕ ਸਿਸਟਮ ਬਣ ਚੁੱਕਾ ਓਵਰ ਅ ਪੀਰੀਅਡ ਆਫ ਈਅਰਸ ਕਿ ਹਾਈਕਮਾਂਡਸ ਜਿਹੜੀਆਂ ਨੇ ਉਹ ਕੋਈ ਵੀ ਇਨਰ ਪਾਰਟੀ ਡਾਇਸੈਂਟ ਜਾਂ ਇਨਰ ਪਾਰਟੀ ਡੈਮੋਕਰੇਸੀ ਦੀ ਕੋਈ ਜਗ੍ਹਾ ਬਾਕੀ ਰਹੀ ਨਹੀਂ ਗਈ। ਸਾਰਾ ਕੰਮ ਹੁਣ ਖੁਸ਼ਾਮਦ ਦੁਆਲੇ ਘੁੰਮਦਾ ਵਾ, ਸਾਰਾ ਕੰਮ ਪੈਸੇ ਧੇਲੇ ਦੇ ਦੁਆਲੇ ਘੁੰਮਦਾ ਵਾ। ਜਿਹੜੇ ਲੋਕ ਮਾੜੀ ਜੀ ਵੀ ਆਪਣੀ ਗੱਲ ਕਰਦੇ ਨੇ, ਇਕੱਲਾ ਖਹਿਰਾ ਨਹੀਂ, ਤੁਸੀਂ ਦੇਖੋਗੇ ਜਿਹੜੇ ਵੀ ਦੂਜੀਆਂ ਪਾਰਟੀਆਂ 'ਚ ਕੰਮ ਕਰ ਰਹੇ ਨੇ ਲੋਕ, ਅਗਰ ਜਿਹੜੇ ਲੋਕ ਬੋਲਦੇ ਨੇ, ਜਿਹੜੇ ਲੋਕ ਆਪਣੇ ਸੂਬੇ ਦੀ ਜਾਂ ਆਪਣੇ ਲੋਕਾਂ ਦੀ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਤਰੀਕੇ ਤਰੀਕੇ ਦੇ ਨਾਲ ਇਹ ਪੇਸ਼ ਕੀਤਾ ਜਾਂਦਾ ਕਿ ਇਹ ਕੰਪਲਸਿਵ ਡਾਇਸੈਂਟਰ ਨੇ, ਮਤਲਬ ਕਿ ਇਹਨਾਂ ਦਾ ਕੰਮ ਹੀ ਹੈ ਲੜਾਈ ਲੜਨਾ। ਸੋ ਮੈਨੂੰ ਕਿਉਂਕਿ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜਦੋਂ ਹੁਣ ਅਕਸਰ ਤੁਹਾਨੂੰ ਕੋਈ ਟ੍ਰੇਨ ਕਰਦਾ ਵਾ ਬਚਪਨ ਤੋਂ, ਨਾ ਸਿਰਫ ਰਾਜਨੀਤੀ ਦੀ ਗੱਲ ਕਰਦਾ ਬਤੌਰ ਇਨਸਾਨ ਜੀ, ਮੈਨੂੰ ਉਹਨਾਂ ਨੇ ਜਦੋਂ ਰਾਤ ਨੂੰ ਮੈਂ ਜਦੋਂ ਆਪਣੇ ਹੋਸਟਲ ਦੀ ਛੁੱਟੀਆਂ ਤੋਂ ਘਰ ਆਉਣਾ ਤਾਂ ਮੈਨੂੰ ਰੋਜ਼ ਰਾਤ ਉਹਨਾਂ ਨੇ ਕੋਈ 15-20 ਮਿੰਟ ਸੌਣ ਤੋਂ ਪਹਿਲਾਂ ਮੈਨੂੰ ਆਪਣੇ ਨਾਲ ਬਿਠਾਉਣਾ। ਹੀ ਵਾਜ਼ ਵੈਰੀ ਫੌਂਡ ਆਫ ਰੀਡਿੰਗ, ਕਿਤਾਬ ਪੜ੍ਹ ਲੈਣੀ, ਸਾਰਾ ਕੰਮ ਖਤਮ ਕਰਕੇ, ਅਤੇ 3-4 ਨਸੀਹਤਾਂ ਜ਼ਰੂਰ ਰਿਪੀਟਡਲੀ ਦੇਣੀਆਂ। ਉਹਨਾਂ 'ਚ ਇੱਕ ਨਸੀਹਤ ਇਹੀ ਸੀਗੀ ਕਿ ਸੱਚ ਬੋਲਣ ਦਾ ਉਪਰਾਲਾ ਕਰਨਾ, ਸੱਚ ਬੋਲਣਾ ਵਾ ਅਤੇ ਘਬਰਾਉਣਾ ਨਹੀਂ ਕਦੀ ਜ਼ਿੰਦਗੀ, ਅਤੇ ਬੇਇਨਸਾਫੀ ਦੇ ਖਿਲਾਫ਼ ਲੜਨਾ, ਅਤੇ ਗਰੀਬ ਜਨਤਾ ਮਿਸਾਲ ਮੈਨੂੰ ਦੇਣੀ ਕਿ ਜਿਹੜੇ ਆਪਣੇ ਘਰ ਵਿੱਚ ਕੰਮ ਕਰਦੇ ਨੇ ਇਹਨਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਵਾ, ਅਤੇ ਐਵੇਂ ਨਾਲ ਸੈਲਫ ਰਿਸਪੈਕਟ ਰੱਖਣੀ। ਹੁਣ ਤੁਹਾਡੇ ਉਹ ਦਿਮਾਗ ਦੇ ਵਿੱਚ ਉਹ ਗੱਲਾਂ ਇਨਗ੍ਰੇਨ ਹੋ ਜਾਂਦੀਆਂ ਨੇ ਓਵਰ, ਬੱਚੇ ਨੂੰ ਤੁਸੀਂ ਬਚਪਨ 'ਚ ਸਾਈਕਲ ਚਲਾਉਣਾ ਸਿਖਾ ਦਿੰਦੇ ਹੋ, ਸਾਰੀ ਜ਼ਿੰਦਗੀ ਸਾਈਕਲ ਨਹੀਂ ਭੁੱਲਦਾ। ਲਾਈਕਵਾਈਜ਼ ਇਹ ਜਿਹੜੀਆਂ ਇੰਡੀਪੈਂਡੈਂਟ ਥੋਟਸ ਅਤੇ ਵੈਲਿਊਜ਼ ਸੀਗੀਆਂ ਉਹ ਮੇਰੇ 'ਚ ਨਾ ਇਨਗ੍ਰੇਨ ਹੋ ਗਈਆਂ। ਹੁਣ ਤੁਸੀਂ ਕੁਛ ਹੱਦ ਤੱਕ ਤਾਂ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ, ਬਟ ਬਿਯੋਂਡ ਅ ਪੁਆਇੰਟ ਭਾਵੇਂ ਫਿਰ ਅਗਲੇ ਪਾਸੇ ਕੋਈ ਵੀ ਬੈਠਾ ਵਾ, ਆਪਣੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਰੋਕਣਾ ਔਖਾ ਹੋ ਜਾਂਦਾ। ਬਟ ਇੱਕ ਗੱਲ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜਿੱਦਾਂ ਇਹ ਤਸਵੀਰ ਬਣਾਈ ਗਈ ਕਿ ਇਹ ਹਮੇਸ਼ਾ ਇਹੀ ਇਕੱਲਾ ਲੜਦਾ, ਦੈਟ ਇਜ਼ ਨੋਟ ਕਰੈਕਟ। ਸਿਸਟਮ ਹੀ ਇੰਨਾ ਕਰਪਟ ਆ ਕਿ ਜਿਹੜਾ ਵੀ ਕੋਈ ਚੰਗਾ ਆਦਮੀ ਆ, ਜਿਹੜਾ ਕੱਲ੍ਹ ਨੂੰ ਕੋਈ ਹੋਰ ਵੀ ਮੇਰੀ ਜਗ੍ਹਾ 'ਤੇ ਅੱਛੇ ਆਦਮੀ ਆਉਣਗੇ, ਇਟ ਇਜ਼ ਵੈਰੀ ਡਿਫੀਕਲਟ ਟੂ ਡਾਈਜਸਟ ਯੂ ਨੋ ਇਨਜਸਟਿਸ ਐਂਡ ਕਰਪਸ਼ਨ। ਬਿਲਕੁਲ ਸਹੀ ਇਹ ਗੱਲ ਖਰਾ ਸਾਹਿਬ, ਚਲੋ ਇਹ ਵੀ ਗੱਲ ਤੁਹਾਡੀ ਮੰਨ ਲਈ। ਪਰ ਨਾ ਇੱਕ ਚੀਜ਼ ਹੈ ਕਿ ਵੀ ਹੁਣ ਜਦੋਂ ਤੁਸੀਂ ਇੱਦਾਂ ਇਹ ਸਾਰਾ ਕੁਛ ਆਣ ਕੇ ਸਾਹਮਣੇ ਦੱਸਦੇ ਹੋ, ਜਿਹੜੇ ਤੁਹਾਡੇ ਵਿਰੋਧੀ ਨੇ ਜਾਂ ਕੁਝ ਕੁ ਲੋਕਾਂ ਨੇ ਜਦੋਂ ਪਹਿਲਾਂ ਵਿਸ਼ਵਾਸ ਕੀਤਾ ਫਿਰ ਡਿੱਚ ਹੋਏ, ਵਿਸ਼ਵਾਸ ਕੀਤਾ ਡਿੱਚ ਹੋਏ, ਉਹਨਾਂ ਨੂੰ ਇਹ ਲੱਗਦਾ ਕਿ ਵੀ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਇੰਨੀ ਦੇਰ ਕਿਵੇਂ ਕੱਢ ਲਈ? ਕਿਉਂਕਿ ਜਿਹੜੇ ਆਪਾਂ ਬਠਿੰਡੇ ਵਾਲੇ 6 ਮਤਿਆਂ ਦੀ ਗੱਲ ਕਰਦੇ ਹਾਂ, ਉਹ ਸਾਰੀਆਂ ਚੀਜ਼ਾਂ ਪਹਿਲਾਂ ਵੀ ਸੀਗੀਆਂ ਆਮ ਆਦਮੀ ਪਾਰਟੀ ਦੇ ਵਿੱਚ, ਫਿਰ ਹੁਣ ਅਚਾਨਕ ਤੋਂ ਆਪਾਂ ਹਰ ਥਾਂ ਦੇ ਉੱਪਰ ਜਿੱਦਾਂ ਹੁਣ ਤੁਸੀਂ ਗੱਲ ਕਰਦੇ ਹਾਂ ਗੱਲਬਾਤ ਕਰਨਗੇ ਅਤੇ ਪਹਿਲਾਂ 6 ਮਤੇ ਨੇ, ਉਸ ਤੋਂ ਬਾਅਦ ਆਪਾਂ ਅੱਗੇ ਤੁਰਨਾ, ਫਿਰ ਪਹਿਲਾਂ ਉਹਨਾਂ ਚੀਜ਼ਾਂ ਦੇ ਉੱਪਰ ਇੰਨਾ ਚਿਰ ਚੁੱਪ ਕਿੱਦਾਂ ਰਹਿ ਗਏ ਤੁਸੀਂ ਜਾਂ ਤੁਹਾਡੇ ਸਾਥੀ? ਨਹੀਂ, ਹਰ ਚੀਜ਼ ਦਾ ਸਮਾਂ ਹੁੰਦਾ ਜੀ। ਜੇ ਮੈਂ ਪਹਿਲਾਂ ਹੀ ਲੈਟਸ ਏ ਇਲੈਕਸ਼ਨ ਤੋਂ ਪਹਿਲਾਂ ਇੱਕ ਗੱਲ ਬਣ ਰਹੀ ਸੀ ਪੰਜਾਬ ਦੇ ਲੋਕਾਂ ਅਤੇ ਦੁਨੀਆ ਭਰ ਦੇ ਲੋਕਾਂ ਵਿੱਚ ਸੀਗਾ ਵੀ ਲਓ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਜੇ ਬਹੁਤ ਵੱਡੇ ਪੱਧਰ 'ਤੇ ਮੈਂ ਪਬਲਿਕਲੀ ਉਦੋਂ ਖਲਲ ਪਾਉਂਦਾ ਅਤੇ ਲੋਕਾਂ ਨੇ ਕਹਿਣਾ ਸੀਗਾ ਇਹ ਡੈਫੀਨੇਟਲੀ ਇਕੱਲਾ ਰਾਹ 'ਚ ਅੜਿੱਕਾ ਬਣ ਕੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦਾ। ਉਦੋਂ ਮੈਂ ਇਨਡੋਰ ਜਿਹੜੇ ਲੋਕ ਮੇਰੀ ਪਾਰਟੀ ਦੇ ਨਾਲ ਮੇਰੇ ਵਿਚਰਦੇ ਨੇ, ਚਾਹੇ ਉਹ ਛੋਟੇਪੁਰ ਦੀ ਆਊਸਟਰ ਸੀਗੀ, ਮੈਂ ਜਲੰਧਰ ਪ੍ਰੈਸ ਕਲੱਬ ਵੈਸੇ ਵੋਕਲੀ ਵੀ ਬੋਲਿਆ ਸੀਗਾ, ਪਰ ਅੰਦਰ ਜਾ ਕੇ ਅਰਵਿੰਦ ਕੇਜਰੀਵਾਲ ਨੂੰ, ਕੰਵਰ ਸੰਧੂ ਦੇ ਘਰ ਬੈਠ ਕੇ, ਫੁਲਕਾ ਜੀ ਮੈਂ ਔਰ ਛੋਟੇਪੁਰ ਸਾਹਿਬ ਉੱਥੇ ਸੀਗੇ, ਅਸੀਂ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕਦਮ ਨਾ ਚੁੱਕਿਓ, ਇਹ ਘਾਤਕ ਸਿੱਧ ਹੋਵੇਗਾ। ਉਸ ਤੋਂ ਇਲਾਵਾ ਜਦੋਂ ਟਿਕਟਸ ਗਲਤ ਮਲਤ ਦੇਣ ਲੱਗ ਗਏ, ਅਸੀਂ ਕੁਛ ਈਮੇਲਸ ਵੀ ਕੀਤੀਆਂ, ਉਦੋਂ ਈਮੇਲ ਦਾ ਹੀ ਰਿਵਾਜ਼ ਸੀ ਇਹਨਾਂ ਦੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ। ਪਰ ਇੱਕ ਸੰਗਰੂਰ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਕੀਤੀ ਇੱਕ ਮੈਰਿਜ ਪੈਲਸ ਵਿੱਚ ਰਾਤ ਕੋਈ 7-8 ਵਜੇ, ਅਤੇ ਉਦੋਂ 62 ਕੈਂਡੀਡੇਟ ਅਨਾਊਂਸ ਹੋਏ ਸੀ, ਸਾਰਿਆਂ ਨੇ ਬੜੀ ਖੁਸ਼ਾਮਦ ਕੀਤੀ ਕਿ ਬੜੀ ਜੈ ਜੈਕਾਰ ਹੈ ਪੰਜਾਬ ਦੇ ਵਿੱਚ। ਮੈਂ ਲਾਸਟ ਵਿੱਚ ਸਭ ਤੋਂ ਅਖੀਰਲੀ ਰੋਜ਼ ਬੈਠਾ ਸੀਗਾ, ਮੈਂ ਕਿਹਾ ਤੁਸੀਂ ਗਲਤ ਪਾਥ 'ਤੇ ਚੜ ਗਏ ਹੋ, ਇੰਨੀ ਕਾਹਲੀ ਨਹੀਂ ਇੰਨੀ ਉਮੀਦਵਾਰ ਕਰਨ ਦੀ, ਪਹਿਲਾਂ ਉਹਨਾਂ ਦਾ ਸਾਰਾ ਬੈਕਗਰਾਊਂਡ ਚੈੱਕ ਕਰੋ ਅੱਛੀ ਤਰ੍ਹਾਂ ਨਾਲ, ਤੁਹਾਡੇ ਇਲਜ਼ਾਮ ਲੱਗਣ ਲੱਗ ਗਏ ਨੇ ਪੈਸੇ ਧੇਲੇ ਨੈਪੋਟਿਜ਼ਮ ਦੇ। ਉਹਦੇ 'ਚ ਇੱਕ ਖਾਸ ਤੌਰ 'ਤੇ ਉਹਨਾਂ ਦਿਨਾਂ 'ਚ ਸ਼ਾਇਦ ਮਲੇਰਕੋਟਲੇ ਦਾ ਇੱਕ ਕੈਂਡੀਡੇਟ ਅਨਾਊਂਸ ਹੋਇਆ ਸੀਗਾ, ਜਿਹੜਾ ਕਿ ਪਹਿਲਾਂ ਬਸਪਾ ਤੋਂ ਜ਼ਮਾਨਤ ਜ਼ਬਤ ਸੀਗੀ, ਸ਼ਾਇਦ ਸਿਮਰਨਜੀਤ ਸਿੰਘ ਮਾਨ ਦੇ ਪਲੇਟਫਾਰਮ ਤੋਂ ਜ਼ਮਾਨਤ ਜ਼ਬਤ ਸੀ। ਦੈਟ ਵਾਜ਼ ਏ ਟੋਟਲੀ ਇਰੋਨਵਸਲੀ ਰੋਂਗ ਟਿਕਟ, ਉਹਦਾ ਪ੍ਰਭਾਵ ਆਲੇ ਦੁਆਲੇ 4-5 ਸੀਟਾਂ 'ਤੇ ਇਹਨਾਂ ਨੂੰ ਪਤਾ ਸਾਰੀ ਪਾਰਟੀ ਨੂੰ, ਤਾਂ ਮੈਂ ਉਦੋਂ ਵੀ ਖੜ੍ਹ ਕੇ ਅੰਦਰ ਕਰ। ਸੋ ਇਹ ਕਹਿਣਾ ਕਿ ਮੈਨੂੰ ਹੁਣ ਚੇਤੇ ਆਇਆ ਵਾ ਸਾਰਾ, ਦੈਟ ਇਜ਼ ਐਬਸੋਲੂਟਲੀ ਰਬਿਸ਼ ਐਂਡ ਰੋਂਗ। ਮੈਂ ਜਦੋਂ ਰੈਲੀਵੈਂਟ ਟਾਈਮ 'ਤੇ ਹਰ ਪਲੇਟਫਾਰਮ 'ਤੇ ਜਿੱਥੇ ਮੈਨੂੰ ਮੌਕਾ ਮਿਲਦਾ ਰਿਹਾ, ਮੈਂ ਇਹ ਗੱਲਾਂ ਅਵਸ਼ ਕਹਿੰਦਾ ਰਿਹਾ ਔਰ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਮੈਨੂੰ ਯਾਦ ਆ ਗਿਆ, ਸੱਚ ਚੰਗਾ ਕੀਤਾ ਤੁਸੀਂ, ਇੱਕ ਕੈਂਪੇਨ ਕਮੇਟੀ ਬਣੀ ਸਾਡੀ ਕੋਲ, 15 ਮੈਂਬਰਸ ਦੀ ਕੈਂਪੇਨ ਕਮੇਟੀ ਸੀ, ਜਿਹੜੀ ਇੱਕ ਸੋ ਕਾਲਡ ਐਟਲੀਸਟ ਲੋਕਾਂ ਦੀ ਕਚਹਿਰੀ ਵਿੱਚ ਦਿਖਾਉਣ ਲਈ ਕਿ ਜੀ ਇਹ 15 ਮੈਂਬਰ ਜਿਹੜੇ ਨੇ ਟਿਕਟਸ ਡਿਸਾਈਡ ਕਰਨਗੇ, ਹਾਲਾਂਕਿ ਉਹਨਾਂ ਕੋਲ ਅਧਿਕਾਰ ਕੋਈ ਨਹੀਂ ਸੀਗਾ। ਉਸ ਕਮੇਟੀ ਸੰਜੇ ਸਿੰਘ ਕਹਿੰਦਾ ਅੱਜ ਆਪ ਖੁੱਲ੍ਹ ਕੇ ਬਾਤ ਕਰੋ, ਅਤੇ ਹੁਣ ਜਿਹੜੇ ਮੇਰੇ ਵੀਰ ਉੱਥੇ ਬੈਠੇ ਸੀ
ਉਹਨਾਂ ਨੂੰ ਪੁੱਛੋ ਕਿ ਮੈਂ ਉੱਥੇ ਤੈਅ ਕੀ ਲਾਈ ਸੀਗੀ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ, ਤੁਸੀਂ ਪੰਜਾਬ ਦੇ ਆਗੂਆਂ ਨੂੰ ਪਿੱਛੇ ਧੱਕੇ ਨਾਲ ਕਰਕੇ ਆਪ ਆਪਣੀ ਹੈਂਕੜ ਦਿਖਾ ਰਹੇ ਹੋ। ਪੰਜਾਬ ਦੇ ਇਸ਼ੂਜ਼ ਨੂੰ ਸੰਜੇ ਸਿੰਘ ਜਾਂ ਦੁਰਗੇਸ਼ ਨਹੀਂ ਐਡਰੈਸ ਕਰ ਸਕਦਾ, ਪੰਜਾਬ ਦੇ ਇਸ਼ੂਜ਼ ਨੂੰ ਐਡਰੈਸ ਪੰਜਾਬ ਦੇ ਆਗੂ ਕਰ ਸਕਦੇ। ਉਦਣ ਕੀ ਜਵਾਬ ਮਿਲਿਆ ਸੀ ਉੱਥੇ? ਉਦਣ ਉਹਨਾਂ ਨੇ ਚੁੱਪ ਚਪੀਤੇ ਉਹ ਸਾਰੀ ਗੱਲ ਨੂੰ ਹਜ਼ਮ ਕੀਤਾ, ਪਰ ਮਨ ਬਣਾ ਲਿਆ ਕਿ ਇਸ ਬੰਦੇ ਨੂੰ ਛੱਡਣਾ ਨੀਗਾ। ਆਈ ਵਾਜ਼ ਐਟ ਦ ਟਾਰਗੇਟ ਆਲ ਥਰੂ। ਇਹ ਤਾਂ ਉਹਨਾਂ ਦੀ ਮਜਬੂਰੀ ਸੀਗੀ ਕਿ ਗੌਰਮੈਂਟ ਬਣੀ ਨਹੀਂ, ਲੀਡਰ ਆਫ ਓਪੋਜੀਸ਼ਨ 'ਚ ਅਸੀਂ ਆ ਗਏ, ਲੀਡਰ ਆਫ ਓਪੋਜੀਸ਼ਨ ਫੁਲਕਾ ਸਾਹਿਬ ਬਣੇ, ਫੁਲਕਾ ਸਾਹਿਬ ਨੂੰ ਆਪਣੇ ਕੇਸਾਂ ਦੇ ਕਰਕੇ ਉਹਨਾਂ ਨੂੰ ਕੁਇਟ ਕਰਕੇ ਜਾਣਾ ਪਿਆ। 16 ਮੈਂਬਰਸ MLAs ਜਦੋਂ ਮੇਰੇ ਨਾਲ ਇਕੱਠੇ ਹੋ ਗਏ, ਵਾਟ ਵਾਜ਼ ਦੀ ਆਪਸ਼ਨ? ਦੇ ਹੈਡ ਟੂ ਪੁੱਟ ਮੀ ਐਜ਼ ਦੀ ਲੀਡਰ ਆਫ ਓਪੋਜੀਸ਼ਨ। ਪਰ ਮੈਨੂੰ ਇੱਕ ਸਾਲ, ਦੇਖੋ ਪਹਿਲੀ ਵਾਰ ਹੋਇਆ ਹੋਊਗਾ, ਵੈਸੇ ਇਹ ਹੰਕਾਰ ਨਾ ਸਮਝਣ ਕੋਈ ਵੀ ਮੇਰੇ ਵੀਰ ਹੈ ਭੈਣਾਂ, ਕਿ ਪੰਜਾਬ 'ਚ ਆਮ ਲੋਕ ਕਹਿੰਦੇ ਸੀਗੇ ਕਿ ਸਾਨੂੰ ਤਾਂ ਲੀਡਰ ਆਫ ਓਪੋਜੀਸ਼ਨ ਦੇ ਅਹੁਦੇ ਦਾ ਪਤਾ ਹੀ ਹੋਣ ਲੱਗਿਆ ਵੀ ਇਹ ਵੀ ਕੋਈ ਆਗੂ ਹੁੰਦਾ ਸੀਗਾ। ਮਤਲਬ ਭਾਵਾਂ ਕਿ ਕਿੱਡੇ ਹੀ ਅੱਛੇ ਲੋਕ ਰਹੇ ਨੇ, ਚੰਨੀ ਸਾਹਿਬ, ਪੱਠਲ, ਬਟ ਇਸ ਅਹੁਦੇ ਦੀ ਜਿਹੜੀ ਕਰੈਕਟ ਵਰਤੋਂ ਲੋਕਾਂ ਦੇ ਹਿੱਤ ਵਿੱਚ ਥੱਲੇ ਤੱਕ ਪਹੁੰਚ ਕੇ, ਚਾਹੇ ਡਰੱਗ ਸੀ, ਚਾਹੇ ਕਰਪਸ਼ਨ ਸੀ, ਚਾਹੇ ਵਿਧਾਨ ਸਭਾ ਦੇ ਵਿੱਚ ਵੁੱਕ ਲੋ ਕੇ ਬੋਲਣਾ, ਦੇ ਵਰ ਨੋਟ ਡੂਇੰਗ, ਯੂ ਨੋ, ਸਮਵੇ ਡਾਊਨ ਦ ਲਾਈਨ। ਤੁਸੀਂ ਚੰਨੀ ਦਾ ਦੇਖੋ, ਤੁਸੀਂ ਲੀਡਰ ਆਫ ਓਪੋਜੀਸ਼ਨ, ਉਹਨੂੰ ਸੁਖਬੀਰ ਨੇ ਪੁੱਛਿਆ ਵੀ ਚੰਨੀ ਦੱਸ ਤੇਰੇ ਕੈਪਟਨ ਅਮਰਿੰਦਰ ਨੇ ਕੀ ਕੀਤਾ, ਉਹਨੇ ਇੱਧਰ ਉੱਧਰ ਸੋਚਿਆ, ਉਹ ਕਹਿੰਦਾ ਜੀ ਪੱਚ ਲਾਏ ਸੜਕਾਂ ਦੇ ਸੀ। ਦੈਟ ਇਜ਼ ਅ ਲੈਵਲ ਆਫ ਲੀਡਰ ਆਫ ਓਪੋਜੀਸ਼ਨ। ਲੋਕਾਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਵਾ। ਸੋ ਮੈਂ ਪਹਿਲੀ ਪਾਰਟੀ ਦੇਖੀ ਕਿ ਚੰਗੇ ਕੰਮ ਦਾ ਤੋਹਫ਼ਾ ਤੁਹਾਡੀ ਤੋਹੀਨ ਕਰਕੇ, ਤੁਹਾਨੂੰ ਲਾ ਕੇ, ਤੁਹਾਡੀ ਬੇਇੱਜ਼ਤੀ ਕਰਕੇ, ਤੁਹਾਡੇ ਦੇ ਇਲਜ਼ਾਮ ਲਾ ਕੇ ਇਹ ਕਰਦੇ ਨੇ। ਸੋ ਡੈਫੀਨੇਟਲੀ ਲੋਕਾਂ ਦੀ ਕਚਹਿਰੀ ਦੇ ਵਿੱਚ ਗੱਲ ਉਲਟ ਜਾਣੀ ਸੀ। ਸ਼ਾਇਦ ਸਿਰਫ ਦਿੱਲੀ ਬੈਠੇ, ਕਿਉਂਕਿ ਉਹਨਾਂ ਦਾ ਜਿਹਨੂੰ ਮੈਂ ਕਿਹਾ ਕਿ ਓਵਰ ਕੌਨਫੀਡੈਂਸ ਲੈਵਲ ਐਡਾ ਵੱਧ ਚੁੱਕਾ, ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਖੈਰਾ ਸਾਹਿਬ, ਆਹ ਤੁਸੀਂ ਗੱਲ ਵਧੀਆ ਕੀਤੀ, ਲੀਡਰ ਆਫ ਓਪੋਜੀਸ਼ਨ ਸੀ ਤੁਸੀਂ ਤਾਂ ਉਦੋਂ ਪਾਣੀ ਦਾ ਮਸਲਾ ਚੱਕਿਆ। ਪਾਣੀ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਰਾਣਾ ਗੁਰਜੀਤ ਸਿੰਘ ਹੋਰਾਂ ਦਾ ਮੰਤਰੀ ਭੱਜ ਜਾਂਦਾ, ਰੇਤ ਪੱਜਰੀ ਦਾ ਮਸਲਾ ਸੀਗਾ। ਪਹਿਲਾਂ ਤਾਂ ਚਲੋ ਬੀਬੀ ਜਗੀਰ ਕੌਰ ਹੋਰੀ ਤੁਹਾਡੇ ਵਿਰੋਧੀ ਸੀਗੇ, ਤੁਸੀਂ ਕਾਂਗਰਸ 'ਚ ਸੀਗੇ, ਤੁਸੀਂ ਉੱਥੋਂ ਬਾਹਰ ਨਿਕਲੇ ਅਤੇ ਫਿਰ ਰਾਣਾ ਗੁਰਜੀਤ ਸਿੰਘ ਹੋਰਾਂ ਨਾਲ ਵੀ ਤੁਸੀਂ ਇਹ ਪੇਚਾ ਪਾ ਲਿਆ, ਉਦੋਂ ਕਿੱਥੋਂ ਤੱਕ ਦੀਆਂ ਗੱਲਾਂ ਹੋਈਆਂ ਉਹ ਵੀ ਸਾਰਿਆਂ ਨੂੰ ਸਾਹਮਣੇ। ਉਦੋਂ ਵੀ ਪਾਰਟੀ ਤੁਹਾਡੇ ਨਾਲ ਖੜੀ ਨਜ਼ਰ ਨਹੀਂ ਆਈ, ਅਤੇ ਹੁਣ ਮਹਿਸੂਸ ਕਰਦੇ ਹੋ ਵੀ ਮੈਂ ਐਵੇਂ ਦੁਸ਼ਮਣੀਆਂ ਸੇੜਦਾ ਰਿਹਾ ਇਹਨਾਂ ਲਈ, ਅਤੇ ਇਹਨਾਂ ਨੇ ਕੀ? ਮੈਂ ਕਦੀ ਪਛਤਾਇਆ ਨਹੀਂ ਗਾ ਜੀ, ਜੋ ਮੈਂ ਕਰਤਾ ਅੱਜ ਵੀ ਉਸ ਗੱਲ ਲਈ ਮੈਂ ਉੱਦਾਂ ਹੀ ਖੜਾ ਬਰਕਰਾਰ, ਚਾਹੇ ਦੈਟ ਫਾਈਟ ਵਾਜ਼ ਅਗੇਂਸਟ ਐਨੀ ਇੰਡੀਵਿਜੁਅਲ ਔਰ ਅਗੇਂਸਟ ਦੀ ਬਾਦਲ ਫੈਮਿਲੀ ਔਰ ਅਗੇਂਸਟ ਐਨੀ ਕਰਪਟ ਪੁਲਿਸ ਆਫਿਸਰ ਔਰ DGP, ਵਟ ਆਈਵ ਡਨ, ਆਈ ਸਟੈਂਡ ਬਾਈ ਐਵਰੀ ਵਰਡ। ਰਾਣੀ ਗੁਰਜੀਤ ਨੂੰ ਇਸ ਲਈ ਲਾਉਣਾ ਪਿਆ ਕਿਉਂਕਿ ਉਹ ਇੱਕ ਰੇਤਾ ਬਜਰੀ ਦਾ ਮਾਫੀਆ ਦਾ ਚਿੰਨ੍ਹ ਬਣ ਗਿਆ ਸੀਗਾ, ਇਸ ਲਈ ਉਸ ਨੂੰ ਹਟਾਉਣਾ ਬਹੁਤ ਲਾਜ਼ਮੀ ਸੀਗਾ। ਔਰ ਉਸ ਦੇ ਹਟਣ ਦੇ ਨਾਲ ਕੀ ਹੋਇਆ ਕਿ ਕਰਪਟ ਮੰਤਰੀਆਂ ਅਤੇ ਕਰਪਟ ਬਿਊਰੋਕਰੈਟਸ ਨੂੰ ਇੱਕ ਮੈਸੇਜ ਗਿਆ ਕਿ ਤੁਹਾਡੇ ਸਾਹਮਣੇ ਜਿਹੜੇ ਹੁਣ ਵਿਰੋਧੀ ਬੈਠੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਇਹ ਸਪੇਅਰ ਨਹੀਂ ਕਰਨਗੇ। ਔਰ ਪਰਮਾਤਮਾ ਦੀ ਕਿਰਪਾ ਨਾਲ ਇੰਨਾ ਕੁ, ਜਦੋਂ ਮੇਰਾ ਇੱਕ ਸਾਲ ਪੂਰਾ ਹੋ ਰਿਹਾ ਸੀਗਾ, ਦੇ ਵਾਜ਼ ਸੋ ਮੱਚ ਆਫ ਵਾਟ ਸ਼ੁਡ ਆਈ ਸੇ, ਇਹ ਵਰਡ ਠੀਕ ਨਹੀਂ ਸ਼ਾਇਦ, ਇੰਨੀ ਦਹਿਸ਼ਤ ਸੀਗੀ ਅਫਸਰਾਂ ਦੇ ਮਨ ਵਿੱਚ। ਔਰ ਮੈਂ ਕਿਤੇ ਜਾਣਾ ਹੁੰਦਾ ਸੀਗਾ ਜਾਂ ਜਿਹੜੇ ਗਲਤ ਗੱਲਾਂ ਕਰਦੇ ਸੀ, ਲੇਟਸ ਜਦੋਂ ਮੈਂ ਜਾ ਰਿਹਾ ਸੀ ਜ਼ਹਿਰੀਲੇ ਪਾਣੀਆਂ ਨੂੰ, ਜਿਹੜੇ ਪੋਲਿਊਟੈਂਟ ਸੀ ਫੈਕਟਰੀਜ਼, ਜਿਹੜੀਆਂ ਮਿੱਲਾਂ ਸੀ ਜਿੱਥੇ ਗੰਦਾ ਪਾਣੀ ਡਿਸਚਾਰਜ ਹੋ ਰਿਹਾ ਸੀਗਾ, ਉਹ ਮੈਨੂੰ ਬੜੀਆਂ ਸਿਫਾਰਿਸ਼ਾਂ ਕਰਾ ਕੇ ਪਹੁੰਚਾਉਂਦੇ ਸੀ ਕਿ ਖਹਿਰਾ ਸਾਹਿਬ ਨੂੰ ਕੋਈ ਸਾਡੀ ਮਿੱਲ ਦੇ ਦੁਆਲੇ ਨਾ ਆਉਣ। ਹਾਲਾਂਕਿ ਮੈਂ ਹਟਿਆ ਨਹੀਂ, ਮੈਂ ਰੁਕਿਆ ਨਹੀਂ ਗਾ। ਅਫਸਰਾਂ ਨੂੰ ਪਤਾ ਲੱਗ ਜਾਂਦਾ ਸੀ ਕਿਤੇ ਕੋਈ ਇੰਸੀਡੈਂਟ ਹੋਇਆ, ਕਿਤੇ ਕੋਈ ਕਤਲ ਹੋਇਆ, ਕੋਈ ਕਬਜ਼ੇ ਦੀ ਗੱਲ ਹੋਈ, ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਖਹਿਰਾ ਆ ਰਿਹਾ ਵਾ ਅਤੇ ਡੈਫੀਨੇਟਲੀ ਹਾਈਲਾਈਟ ਬਹੁਤ ਹੋਊਗਾ ਇਸ਼ੂ। ਉਹ ਪਹਿਲਾਂ ਹੀ ਮਤਲਬ ਉਸ ਨੂੰ ਰੈਕਟੀਫਾਈ ਕਰ ਦਿੰਦੇ ਸੀ ਮੇਰੇ ਜਾਣ ਤੋਂ ਪਹਿਲਾਂ। ਸੋ ਲੀਡਰ ਆਫ ਓਪੋਜੀਸ਼ਨ ਮੇਰਾ ਨਹੀਂ, ਉਸ ਰੁਤਬੇ ਦਾ ਅਸਰ ਪੈਣ ਲੱਗ ਗਿਆ ਸੀ ਪੰਜਾਬ ਦੀ ਰਾਜਨੀਤੀ ਦੇ ਉੱਤੇ। ਪਰ ਮਸਲੇ ਤਾਂ ਅਜੇ ਵੀ ਹੱਲ ਨਹੀਂ ਹੋਏ। ਰੇਤ ਬਜਰੀ ਵਾਲਾ ਵੀ ਜਿਉਂਦਾ ਤਿਉਂ ਹੀ ਆ, ਕਿਤੇ ਹੁਣ ਸਸਤੀ ਥੋੜ੍ਹਾ ਹੋ ਗਈ। ਉਦੋਂ ਬਾਅਦ ਸਿੱਧੂ ਸਾਹਿਬ ਨੇ ਪਾਲਿਸੀ ਵੀ ਬਣਾਈ ਸੀ, ਮੈਂ ਉਹਨੂੰ ਸਵਾਲ ਵੀ ਪੁੱਛਿਆ ਸੀ, ਮੈਂ ਕਿਹਾ ਤੁਸੀਂ ਤਾਂ ਐਡੀ ਦੂਰ ਜਾ ਕੇ ਲੱਭ ਕੇ ਲੈ ਕੇ ਆਏ ਉਸ ਪਾਲਿਸੀ, ਆ ਤੁਹਾਡੇ ਵਾਲੀ ਪਾਲਿਸੀ ਤਾਂ ਅਗਲੇ ਨੇ ਅਲਮਾਰੀ 'ਚ ਰੱਖਤੀ, ਅਤੇ ਹੁਣ ਕਿਉਂ ਗੱਲ? ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਸ ਨੂੰ, ਇਸ ਸਿਸਟਮ ਨੂੰ ਤੋੜਨਾ ਬਹੁਤ ਔਖਾ ਵਾ। ਉਹ ਜਦੋਂ ਮੈਂ ਰਾਣੇ ਗੁਰਜੀਤ ਨੂੰ ਐਕਸਪੋਜ਼ ਕੀਤਾ, ਐਟਲੀਸਟ ਉਹਦੇ 'ਤੇ ਇਫੈਕਟ ਪਿਆ ਵਾ। ਪਰ ਤੁਸੀਂ ਕਿਹਾ ਕਿ ਇਹ ਜਿਉਂ ਦਾ ਤਿਉਂ, ਇਹਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਵੈਸੇ ਤਾਂ ਅਕਾਲੀ ਦਲ ਦੀ 10 ਸਾਲ ਦਾ ਜਿਹੜਾ ਵਰਕ ਕਲਚਰ ਸੀ, ਮਾਫੀਆ ਟਾਈਪ ਰਾਜ ਸੀਗਾ, ਉਹ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ 1.5 ਸਾਲ ਵਿੱਚ ਬਰਕਰਾਰ ਹੈ, ਬਲਕਿ ਵੱਧ ਗਿਆ ਹੋਊਗਾ। ਅਕਾਲੀ ਮਾਫੀਆ ਪਿੱਛੇ ਹੋ ਗਿਆ, ਕਾਂਗਰਸ ਦਾ ਮਾਫੀਆ ਮੋਰੇ ਜਾ ਕੇ, ਚਾਹੇ ਉਹ ਰੇਤਾ ਬਜਰੀ ਆ, ਚਾਹੇ ਉਹ ਸ਼ਰਾਬ ਦੇ ਠੇਕੇ ਨੇ, ਈਵਨ ਟੂ ਸਮ ਐਕਸਟੈਂਟ ਟਰਾਂਸਪੋਰਟ ਦਾ ਵਪਾਰ ਬਹੁਤ ਜ਼ਿਆਦਾ ਪੋਲੀਟੀਕਲ ਫੈਮਿਲੀਜ਼ ਨੇ ਕਬਜ਼ਾ ਕੀਤਾ ਹੋਇਆ, ਉਹਨਾਂ ਦੀਆਂ ਬੱਸਾਂ ਹੁਣ ਜੋ ਕੰਮ ਸੁਖਬੀਰ ਹੋਣੀ ਗਲਤ ਕਰਦੇ ਸੀ ਹੁਣ ਕਾਂਗਰਸੀ ਕਰਨ ਲੱਗ ਗਏ ਨੇ। ਲਾਈਕਵਾਈਜ਼ ਜਿੱਥੇ ਜਿੱਥੇ ਵੀ ਕਿਤੇ ਮਾੜਾ ਮੋਟਾ ਸਕੋਪ ਸੀ ਪੈਸੇ ਦਾ, ਕਰਪਸ਼ਨ ਦੀ ਗੱਲ ਕਰ ਲਈਏ, ਅਫਸਰਾਂ ਦੀ ਅਤੇ ਰਾਜਨੀਤਿਕ ਲੀਡਰਾਂ ਦੀ ਮਿਲੀ ਭੁਗਤ ਦੇ ਨਾਲ, ਇਹ ਸਾਰਾ ਕੁਝ ਇਹਦੇ ਨਾਲ ਲੜਨਾ ਸੌਖਾ ਨੀਗਾ। ਇਸ ਨਾਲ ਲੜਨ ਲਈ ਬਹੁਤ ਜਿਹਨੂੰ ਕਹਿੰਦੇ ਕਿ ਸਟਰੋਂਗ ਵਿਲ ਪਾਵਰ ਚਾਹੀਦੀ ਹੈ, ਕਿਉਂਕਿ ਇੰਨਾ ਸਿਸਟਮ ਕਰਪਟ ਆ ਕਿ ਜਿਹੜਾ ਇਹਨਾਂ ਨੂੰ, ਇਸ ਜੁੰਡਲੀ ਨੂੰ ਤੋੜੂਗਾ, ਇਹ ਸਾਰੀ ਜੁੰਡਲੀ ਆਟੋਮੈਟਿਕਲੀ ਇਕੱਠੀ ਹੁੰਦੀ ਆ, ਇਹ ਉਹਨੂੰ ਤੋੜਨ ਤੱਕ ਜਾਂਦੇ ਨੇ। ਮਿਸਾਲ ਦੇ ਤੌਰ 'ਤੇ ਮੇਰੇ 'ਤੇ, ਮੈਂ ਜਦੋਂ ਲੜ ਰਿਹਾ ਸੀ ਅਤੇ ਮੇਰੇ 'ਤੇ ਡਰੱਗਸ ਦਾ
ਸਾਰੀਆਂ ਪਾਰਟੀਆਂ ਇੱਕ ਆਵਾਜ਼ 'ਚ ਬੋਲਦੀਆਂ ਸੀ ਕੋਠਿਆਂ 'ਤੇ ਚੜ੍ਹ ਕੇ, ਮਤਲਬ ਅਕਾਲੀ ਦਲ ਵੀ ਇਹੀ ਹਮਲਾ ਕਰਦੇ ਸੀ, ਖਹਿਰਾ ਡਰੱਗ ਮਾਫੀਆ ਡਰੱਗ ਸਰਗਨਾ, ਉਹੀ ਆਵਾਜ਼ ਬੀਜੇਪੀ ਦੀ, ਉਹੀ ਆਵਾਜ਼ ਕਾਂਗਰਸ ਦੀ, ਉਹੀ ਆਵਾਜ਼ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਵਿਰੋਧੀ ਸੀਗੇ। ਸੋ ਇਟਸ ਇਟਸ ਐਕਚੁਲੀ ਅ ਫਾਈਟ ਅਗੇਂਸਟ ਦ ਸਿਸਟਮ। ਇਸ ਲਈ ਲੋਕ ਜਿਹੜੇ ਨੇ ਉਹ ਤੀਸਰਾ ਬਦਲ ਕਿਉਂ ਲੱਭ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹ ਖਹਿੜਾ ਉਦਣ ਛੁੱਟਣਾ ਵਾ ਜਿੱਦਣ ਵਾਜਬ ਥਰਡ ਅਲਟਰਨੇਟਿਵ ਜਾਂ ਇੱਕ ਸਹੀ ਬਦਲ ਸਾਡੀ ਕਚਹਿਰੀ 'ਚ ਆਇਆ, ਔਰ ਉਹਨੂੰ ਵੀ ਬਹੁਤ ਲੜਨਾ ਪੈਣਾ ਕਿਉਂਕਿ ਟੋਪ ਟੂ ਬੋਟਮ ਜੀ ਇਹ ਇੱਕ ਚੇਨ ਬਣੀ ਹੋਈ ਆ, ਆਟੋਮੈਟਿਕ ਚੇਨ ਆ। ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਇਕੱਠੇ ਹੋਣਾ, ਇਹ ਜਦੋਂ ਤੁਸੀਂ ਕਰਪਟ ਬੰਦਿਆਂ 'ਤੇ ਹਮਲਾ ਕਰੋਗੇ ਇਹ ਆਟੋਮੈਟਿਕਲੀ ਇਕੱਠੇ ਹੁੰਦੇ ਨੇ। ਬਿਲਕੁਲ, ਤੁਸੀਂ ਸਿੱਧੂ ਦਾ ਇਹ ਕਹਿ ਰਹੇ ਹੋ, ਹੁਣ ਸਿੱਧੂ ਜੇ ਕੋਈ ਕੋਸ਼ਿਸ਼ ਕਰਦਾ ਉਹਦੀ ਪੇਸ਼ ਜਾਂਦੀ ਦੱਸੋ ਮੈਨੂੰ, ਕਿਉਂਕਿ ਸਿਸਟਮ ਹੀ ਇੰਨਾ ਕਰਪਟ ਆ। ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਆ, ਚਾਹੇ ਉਹ ਆਪਣੀ ਡਿਪਾਰਟਮੈਂਟ ਵਿੱਚ ਇਲੀਗਲ ਕਾਲੋਨੀਜ਼ ਦੀ ਗੱਲ ਕੀਤੀ ਜਲੰਧਰ ਤੁਹਾਡੇ ਜੀ, ਉਹ ਸਾਰਾ ਸਿਸਟਮ ਇਕੱਠਾ ਹੋ ਗਿਆ। ਉਹਨਾਂ ਨੇ ਇੱਕ ਮੋਰਾ ਜਿਹੜਾ ਸੀ ਇੱਕ ਇੱਥੋਂ ਦਾ ਲੋਕਲ MLA ਚੱਕ ਕੇ ਕਰੇਨ ਦੇ ਉੱਤੇ ਚੜ੍ਹਾ ਦਿੱਤਾ, ਦੈਟ ਵਾਜ਼ ਉਹ ਕਰਪਸ਼ਨ ਦਾ ਚਿੰਨ੍ਹ ਹੈ। ਇਸ ਲਈ ਉਹ ਆਟੋਮੈਟਿਕਲੀ ਗੈਂਗ ਅਪ ਹੋ ਜਾਂਦੇ ਨੇ ਕਿਸੇ ਸਿਸਟਮ। ਮੈਂ ਸਮਝ ਗਿਆ। ਮੈਂ ਦੱਸਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਵਕਤ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ TV 'ਤੇ, ਇਹ ਪ੍ਰੋਗਰਾਮ ਚੱਲ ਰਿਹਾ ਪ੍ਰਾਈਮ ਫੋਕਸ। ਅੱਜ ਮੇਰੇ ਨਾਲ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ। ਮੈਂ ਦੇਖੋ ਇੱਕ ਗੱਲ ਹੈ ਕਿ ਡੈਲੀਬਰੇਟਲੀ ਨਹੀਂ ਕਹਿ ਰਿਹਾ ਕਿ ਉਹ ਸਾਬਕਾ ਵਿਰੋਧੀ ਲੀਡਰ ਜੇ ਵੋ ਟਾਈਪ, ਬੜਾ ਕੁਛ ਲਾਉਂਦੇ ਨੇ, ਪਰ ਆਪਣੀ ਗੱਲ ਸਿੱਧੀ ਹੈ। ਹੁਣ ਗੱਲ ਇਹ ਆ ਕਿ ਖਹਿਰਾ ਸਾਹਿਬ ਤੁਸੀਂ ਇਸ ਵਕਤ ਇੱਕ MLA ਹੋ ਅਤੇ MLA ਵੀ ਉਸ ਟਿਕਟ 'ਤੇ ਹੋ ਜਿਹੜੀ ਕਿ ਪਹਿਲਾਂ ਆਪਨੇ ਦਿੱਤੀ ਸੀ। ਚਲੋ ਗਾਂਧੀ ਸਾਹਿਬ ਦਾ ਤਾਂ ਲੰਘ ਗਿਆ ਕਿਉਂਕਿ MP ਨੇ ਉਹਨਾਂ ਕੋਲ ਫੰਡ ਆਉਂਦੇ ਨੇ, ਉਹਨਾਂ ਨੇ 19 ਸਾਲ ਕੱਢ ਲਏ। ਹਾਂਜੀ, ਆਪਣਾ ਅਗਲਾ ਟਾਈਮ ਕਿੱਦਾਂ ਲੰਘੂਗਾ? ਪਹਿਲੀ ਗੱਲ ਤਾਂ ਗੁਰਪ੍ਰੀਤ ਜੀ, ਮੈਂ ਕਹਿੰਦੀ ਨਾ ਬਹੁਤ ਜਿਹਨੂੰ ਕਹਿੰਦੇ ਕਿ ਲੰਬੀ ਚੌੜੀ ਪਲੈਨਿੰਗ ਅਤੇ ਸਾਜਿਸ਼ ਟਾਈਪ ਨਾਲ ਰਾਜਨੀਤੀ ਕਦੀ ਨਹੀਂ ਕੀਤੀ। I deal with the circumstances. ਜਿੱਦਣ ਮੈਨੂੰ ਲੀਡਰ ਆਫ ਓਪੋਜੀਸ਼ਨ ਤੋਂ ਹਟਾਇਆ, ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ 8-7 MLA ਖੜ੍ਹ ਜਾਣਗੇ, ਉਹ ਖੜ੍ਹ ਗਏ। ਮੈਨੂੰ ਨਹੀਂ ਸੀ ਪਤਾ ਕਿ ਪੰਜਾਬ ਦੇ ਲੋਕ ਐਡੇ ਅੱਛੇ ਕੰਮ ਦੀ ਕੀਤੀ ਹੋਈ ਇਸ ਲੈਵਲ ਤੱਕ ਤੁਹਾਨੂੰ ਸਪੋਰਟ ਕਰਨਗੇ ਕਿ ਆਪ ਮੁਹਾਰੇ 50,000 ਆਦਮੀ ਤੁਹਾਡੇ ਕਿਸੇ ਇੱਕ ਸੱਦੇ 'ਤੇ ਇਕੱਠਾ ਹੋ ਜਾਊਗਾ। ਸੀ ਦੈਟਸ ਅ ਕੋਨਫੀਡੈਂਸ ਦੈਟ ਲੋਕ ਤੁਹਾਨੂੰ ਬਿਲਡ ਕਰ ਰਹੇ ਨੇ। ਔਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਸ਼ੂ ਉੱਠਿਆ। ਤੁਸੀਂ ਦੇਖਿਆ ਕਿ ਅਕਾਲੀਆਂ ਨੇ ਤਾਂ ਚਲੋ ਇਹਦੇ 'ਤੇ ਬਹੁਤ ਵੱਡਾ ਕੀ ਕਹਿੰਦੇ ਇੱਕ ਗੁਨਾਹ ਕੀਤਾ ਵਾ ਕਿ ਦੋਸ਼ੀਆਂ ਨੂੰ ਬਚਾਇਆ, ਪੁਲਿਸ ਵਾਲਿਆਂ ਨੂੰ ਬਚਾਇਆ। ਸਾਨੂੰ ਨਹੀਂ ਸੀ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਇੰਨੀ ਢਿੱਲ ਮੱਠ ਕਰੇਗਾ। ਇੱਕ ਰਿਪੋਰਟ ਆਵੇਗੀ 573 ਸਫ਼ੇ ਦੀ, ਉਹਦੇ 'ਤੇ 8 ਘੰਟੇ ਬਹਿਸ ਹੋਵੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਚੁੱਪ ਕਰਕੇ ਬੈਠ ਜਾਵੇਗਾ। ਉਲਟਾ ਪੁਲਿਸ ਵਾਲਿਆਂ ਨੂੰ ਸਟੇ ਲੈਣ ਵਿੱਚ ਹਾਈ ਕੋਰਟ ਵਿੱਚ ਉਹਨਾਂ ਨੂੰ ਫੈਸਿਲੀਟੇਟ ਕੀਤਾ, ਉਹਨਾਂ ਨੂੰ ਸੇਫ ਪੈਸੇ ਦਿੱਤਾ, ਇਹ ਸਾਨੂੰ ਨਹੀਂ ਸੀ ਪਤਾ। ਆਪਾਂ ਉਹਦੇ 'ਤੇ ਆਉਂਦੇ ਹਾਂ, ਮੈਂ ਸਰਕਮਸਟਾਂਸਿਸ ਦੱਸ ਰਿਹਾ ਨਾ। ਸਾਨੂੰ ਨਹੀਂ ਸੀ ਪਤਾ ਕਿ ਕੋਟਕਪੂਰਾ ਬਰਗਾੜੀ ਦੇ ਵਿੱਚ ਇਸ ਲੈਵਲ ਦੇ ਉੱਤੇ ਆਪ ਮੁਹਾਰੇ ਲੋਕ ਰਿਸਪੋਂਸ ਦੇਣਗੇ। ਹੁਣ ਜਿੱਦਾਂ ਜਿੱਦਾਂ ਲੋਕ ਚਾਹੀ ਜਾਂਦੇ ਨੇ ਉੱਦਾਂ ਉੱਦਾਂ ਅਸੀਂ ਐਕਟ ਕਰੀ ਜਾਂਦੇ ਹਾਂ। ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਸਿੰਪਲ ਜੀ ਰਣਨੀਤੀ, ਕੋਈ ਕੋਂਪਲੀਕੇਟਿਡ ਨਹੀਂ ਗੀ, ਅਸੀਂ ਚਾਹੁੰਦੇ ਹਾਂ ਕਿ ਲੋਕ ਪੰਜਾਬ ਦੇ 2019 ਦੀਆਂ ਚੋਣਾਂ ਵਿੱਚ ਉਹਨਾਂ ਨੂੰ ਕੋਈ ਇੱਕ ਤੀਸਰਾ ਬਦਲ ਪੇਸ਼ ਕੀਤਾ ਜਾਵੇ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਅੱਜ ਦੀ ਡੇਟ ਵਿੱਚ ਝਾੜੂ ਪਾਰਟੀ ਹੈਗੀ, ਦੈਟ ਇਜ਼ ਨੋਟ ਏ ਅਲਟਰਨੇਟਿਵ। ਔਰ ਅਗਰ ਕਿਤੇ ਉਹ ਗਲਤੀ ਨਾ ਕਰਦੇ, ਉਸੇ ਪਲੈਟਫਾਰਮ ਤੋਂ ਅਸੀਂ ਚੱਕ ਕੇ ਲਾਈਕ ਮਾਈਂਡਡ ਲੋਕਾਂ ਨੂੰ ਅਤੇ ਪਾਰਟੀਆਂ ਨੂੰ ਇਕੱਠੇ ਕਰਦੇ। 2019 'ਚ ਦੋਨੋਂ ਰਵਾਇਤੀ ਪਾਰਟੀਆਂ ਹਰਾ ਦੇਣੇ ਸੀ, ਪਰ ਉਹਨਾਂ ਨੇ ਇੱਕ ਓਪਰਚੁਨਿਟੀ ਮਿਸ ਕੀਤੀ ਆ। ਅਸੀਂ ਓਪਰਚੁਨਿਟੀ ਮਿਸ ਨਹੀਂ ਕਰਾਂਗੇ। ਅਸੀਂ ਆਉਣ ਵਾਲੇ ਸਮੇਂ 'ਚ ਜਿਹੜੇ ਅੱਛੇ ਲੋਕ ਨੇ ਅਤੇ ਚੰਗੀਆਂ ਪਾਰਟੀਆਂ ਨੇ, ਅੱਛੇ ਲੋਕਾਂ 'ਚ ਕੌਣ ਕੌਣ ਟੂ ਬਿਗਿਨ ਵਿਦ, ਜਿਹੜੇ ਲੋਕ ਲੜਾਈ ਲੜਦੇ ਨੇ ਲੋਕਾਂ ਦੀ, ਬੈਂਸ ਬ੍ਰਦਰਸ ਆ, ਧਰਮਵੀਰ ਗਾਂਧੀ ਇੱਕ ਸਾਫ਼ ਸੁਥਰਾ ਅਕਸ ਵਾਲਾ ਇੱਕ ਬਿਹਤਰੀਨ ਪਾਰਲੀਮੈਂਟੇਰੀਅਨ, ਉਹਦੇ ਵਿੱਚ ਉਹਨਾਂ ਨਾਲ ਗੱਲ ਕਰਾਂਗੇ। ਪੰਥਕ ਜਿਹੜੀਆਂ ਸਫਾਵਾਂ ਨੇ ਜਿਹੜੀਆਂ ਬਰਗਾੜੀ 'ਚ ਬੈਠੀਆਂ, ਉਹ ਇੱਕ ਸੈਂਟਰ ਹੈ, ਇੱਕ ਪਿਵਟ ਆ, ਉਹ ਇੱਕ ਕੇਂਦਰ ਬਿੰਦੂ ਬਣਿਆ ਜਿੰਨੇ ਆ ਅਕਾਲੀ ਨਾਰਾਜ਼ ਹੋ ਰਹੇ ਨੇ। ਮੈਨੂੰ ਇਹ ਜਾਪਦਾ ਵਾ ਔਰ ਉਹਨਾਂ ਨੂੰ ਚਾਹੀਦਾ ਵਾ ਕਿ ਉਹ ਇਸ ਸਥਾਨ ਦੇ ਉੱਤੇ ਇਕੱਠੇ ਹੋ ਜਾਣ, ਔਰ ਅਗਰ ਉਹ ਉਹਨਾਂ ਦੇ ਨਾਲ ਵੀ ਅਸੀਂ ਰਾਫਤਾ ਅੱਛੇ ਰਿਲੇਸ਼ਨਸ, ਬਹੁਜਨ ਸਮਾਜ ਪਾਰਟੀ ਇੱਕ ਇਸ ਤਰ੍ਹਾਂ ਦੀ ਨੈਚੁਰਲ ਅਲਾਇੰਸ ਪੰਜਾਬ ਦੇ ਵਿੱਚ ਬਣ ਸਕਦਾ ਜਿੱਥੇ ਕਿਸਾਨ ਅਤੇ ਕਿਰਤੀ ਕਾਮੇ ਇਕੱਠੇ ਹੋ ਜਾਣ, ਜੇ ਕਿਤੇ ਇਹ ਅਲਾਇੰਸ ਕਲਿੱਕ ਕਰ ਗਿਆ ਪੰਜਾਬ 'ਚ, ਇਟ ਵਿਲ ਬੀ ਵਨ ਆਫ ਦਾ ਬੈਸਟ ਅਲਾਇੰਸਿਸ, ਨੈਚੁਰਲ ਅਲਾਇੰਸ, ਜਿਹੜੇ ਪਿੰਡਾਂ ਦੇ ਵਿੱਚ ਰੋਜ਼ ਲੋਕ ਉੱਠਦੇ ਬੈਠਦੇ ਮਰਨਾ ਜੀਣਾ ਇਕੱਠਾ ਵਾ। ਇਹ ਇੰਨਾ ਕੁ ਅੱਜ ਦੀ ਡੇਟ ਵਿੱਚ ਸਾਡੇ ਮਨ ਵਿੱਚ ਤਸਵੀਰ ਆ। ਅਗਰ ਅਸੀਂ ਸਾਰੇ ਇਕੱਠੇ ਹੋ ਗਏ ਨਹੀਂ, ਉਦੋਂ ਮੈਂ ਤੁਹਾਨੂੰ ਕਹਿ ਸਕਦਾ ਵਾਂ ਕਿ ਇਲੈਕਸ਼ਨ ਲੜੋਗੇ, ਅਵਸ਼ ਲੜਾਂਗੇ। ਉਹਦੀ ਕਾਰਨ ਆ, ਨਹੀਂ ਤੁਸੀਂ ਮੈਂ ਤੁਹਾਡੀ ਗੱਲ ਕਰ ਰਿਹਾ, ਮੇਰਾ ਪਰਟੀਕੁਲਰਲੀ ਲੜਨਾ ਜਿੱਦਾਂ ਦੀ ਮੈਨੂੰ ਆਵਾਜ਼ ਲੋਕ ਦੇਣਗੇ ਤਾਂ ਮੈਨੂੰ ਆਪਣੀ ਸੀਟ ਦੀ ਚਿੰਤਾ ਨਹੀਂ। ਲੋਕਾਂ ਨੂੰ ਗਲਤ ਫਹਿਮੀ, ਮੈਨੂੰ ਕੁਛ ਸੋਸ਼ਲ ਮੀਡੀਆ 'ਤੇ ਲਿਖਦੇ ਨੇ ਲੋਕ ਕਿ ਸੀਟ ਛੱਡ ਕੇ ਅਤੇ ਦੁਬਾਰਾ ਲੜ ਕੇ ਦੇਖ ਲਾ, ਮੈਂ ਕਿਹਾ ਜੇ ਮੌਕਾ ਹੋਊਗਾ ਉਹ ਵੀ ਕਰਕੇ ਦੇਖ ਲੂੰਗਾ ਮੈਂ। ਮੈਨੂੰ ਆਪਣਾ ਇਹ ਦੇਖੋ ਜੇ ਗੱਲ ਹੈ ਕਿ ਜਦੋਂ ਆਪਾਂ ਵੱਡੀ ਤਸਵੀਰ ਦੇਖ ਰਹੇ ਹਾਂ ਪੰਜਾਬ ਦੀ, ਦੈਨ 1 MLA ਸੀਟ ਇਜ਼ ਨਥਿੰਗ। ਜੇ ਆਪਾਂ ਇੱਕ ਬਦਲ ਪੇਸ਼ ਕਰਨਾ ਵਾ, ਜੇ ਅਸੀਂ
जे आ सारियां जिहड़ियां धिरां जिहनां नाल मैं असीं कह रहे हां कि असीं संपर्क करांगे ते कुछ गल्लां इनिशियली चल भी रहियां ने, अगर ये सारी सहमति हो गई तो पंजाब दे विच एक ग्रैंड अलायंस बन गया, मैं उस परमात्मा तो डर के कहना कि हो सकता वा कि 13 दियां 13 स्वीप कर जाए। अच्छा मेरी गल सुन, 13 बंदे आपां लभांगे किदां? क्योंकि उदन ब्रह्मपुरा साहब आए, सेम सवाल मैनूं पुछ लिया, कहिंदे मैं अकाली जम्मिया ते अकाली रहा ते अकाली मरना, मैनूं किसे नाल कोई लेना देना। ठीक है जी। दूसरी रही गल जदों तुसीं बरगाड़ी धिर दी गल करदे हो, हुण ओह जिहड़ी सियासत है उहदे ते वी इक अजीब तरां दी कह लो कि वी जां कह लो कि विरोधियां वल्लों गल बणा दित्ती जाणी जां इन फ्यूचर होणी है तुहानूं वी पता, क्योंकि जदों मैनूं याद आउंदा मोगे आए सी केजरीवाल साहब तां उदों इक कोठी 'च रहि पए ते उस तों बाद ओह किस हिसाब नाल उहनूं मोड़ा कट्टिया गया ते ਇਹ ਪਤਾ ਲੱਗਣ ਲੱਗ ਪਿਆ ਵੀ ਸ਼ਹਿਰ ਵਾਲੇ ਜਿਹੜੀ ਜਾਂ ਕਹਿ ਲਓ ਜਿਹੜੀ ਸ਼ਹਿਰੀ ਵੋਟ ਉਹ ਪਿੱਛੇ ਹਟ ਗਈ। ਜਦੋਂ ਤੁਸੀਂ ਉਸ ਪਾਸੇ ਨੂੰ ਜਾਓਗੇ ਤਾਂ ਕਿਉਂਕਿ ਉਹ 20-20 ਵਾਲੀ ਗੱਲ ਅੱਗੇ ਤੁਸੀਂ ਭੁਗਤ ਚੁੱਕੇ ਹੋ, ਉਸ ਉਹ ਜਿਹਾ ਠੱਪਾ ਨਹੀਂ ਲੱਗ ਜੂਗਾ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਜਿਹੜਾ ਇਹ ਤੁਸੀਂ ਕਹਿ ਰਹੇ ਨਾ ਕਿ ਇਹ ਦੇਖੋ ਇੱਕ ਰਵਾਇਤੀ ਪਾਰਟੀਆਂ, ਸਰਮਾਏਦਾਰ ਪਾਰਟੀਆਂ, ਇਹਨਾਂ ਕੋਲ ਇੱਕ ਸਾਧਨ ਇਸ ਤਰ੍ਹਾਂ ਦੇ ਨੇ ਕਿ ਇਹ ਇੰਨੀ ਕਿਸੇ ਦੀ ਇਮੇਜ ਖਰਾਬ ਕਰ ਸਕਦੇ ਨੇ। ਜਿਹੜੇ ਬਰਗਾੜੀ ਦੇ ਵਿੱਚ ਬੈਠੇ ਨੇ ਉਹ ਬੇਸਿਕਲੀ ਇਨਸਾਫ਼ ਦੀ ਲੜਾਈ ਲੜ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਇਨਸਾਫ਼ੀ ਹੋਈ ਆ ਅਤੇ ਦੋ ਸਿੱਖ ਨੌਜਵਾਨ ਮਾਰੇ ਗਏ, ਉਹਨਾਂ ਦਾ ਅੱਜ ਤੱਕ ਇਨਸਾਫ਼। ਸਾਡਾ ਵੀ ਉਹਦੇ ਵਿੱਚ ਸ਼ਮੂਲੀਅਤ ਪ੍ਰਾਈਮੈਰਲੀ ਇਨਸਾਫ਼ ਦੀ ਲੜਾਈ ਦੇ ਵਿੱਚ ਸੀਗਾ। ਅਸੀਂ ਉਹਦੇ 'ਚ ਬਹੁਤ ਜ਼ਿਆਦਾ ਇੰਟੂ ਪੰਥਕ ਪੋਲੀਟਿਕਸ ਵਿੱਚ ਮੈਂ ਬਜ਼ਾਤੇ ਖੁਦ ਇੰਟਰਫੇਅਰ ਨਹੀਂ ਕਰਨਾ ਚਾਹੁੰਦਾ, ਪਰ ਅਸੀਂ ਚਾਹੁੰਦੇ ਹਾਂ ਕਿ ਉੱਥੇ ਅੱਛੇ ਪੰਥਕ ਧਿਰਾਂ, ਕਿਉਂਕਿ ਦੇਖੋ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਛਿੱਕੇ 'ਤੇ ਟੰਗ ਚੁੱਕੇ ਨੇ। ਅਕਾਲੀ ਦਲ ਨਹੀਂ ਮਰਨਾ ਪੰਜਾਬ ਦੇ ਵਿੱਚ, ਬਾਦਲ ਦਾ ਟੱਬਰ ਖਤਮ ਹੋਊਗਾ ਮਰੂਗਾ ਜਿੱਦਾਂ ਜਿਹੜੇ ਹਿਸਾਬ ਨਾਲ ਜਾ ਰਹੇ ਨੇ। ਅਕਾਲੀ ਦਲ ਇਜ਼ ਅ ਵੈਰੀ ਗਲੋਰੀਅਸ ਪਾਰਟੀ, 100 ਸਾਲ ਦਾ ਇਤਿਹਾਸ ਹੈ, ਮੋਰਚੇ, ਕੁਰਬਾਨੀਆਂ, ਜੇਲ੍ਹਾਂ, ਬਹੁਤ ਕੁਛ ਹੈ। ਤੋ ਮੈਨੂੰ ਲੱਗਦਾ ਕਿ ਅਗਰ ਉਹ ਸਾਰੇ ਓਨੈਸਟਲੀ ਯਤਨ ਕਰਨਗੇ ਅਤੇ ਨਾਲ ਅੱਛੇ ਸੰਤ ਸਮਾਜ ਨੂੰ ਨਾਲ ਲੈ ਕੇ ਚੱਲਣਗੇ ਤਾਂ ਹੋ ਸਕਦਾ ਉੱਥੋਂ ਇੱਕ ਅਲਟਰਨੇਟਿਵ ਅਕਾਲੀ ਦਲ ਪੈਦਾ ਹੋ ਜਾਵੇ। ਤੋ ਸਾਡੀ ਉਹਨਾਂ ਨਾਲ ਵੀ ਸਿੰਪਥੀ ਹੈ। ਹੁਣ ਜੇ ਉਹਨੂੰ ਕਹਿ ਦੇਣਾ ਕਿ ਗਰਮ ਖਿਆਲੀ ਆ ਜੀ, ਨਹੀਂ ਕੁਛ ਨਹੀਂ। ਉੱਥੇ ਜਿੰਨੀ ਵਾਰ ਵੀ ਮੈਂ ਗਿਆ ਉੱਥੇ ਸਟੇਜ ਉੱਪਰੋਂ ਹਿੰਦੂ ਸਿੱਖ ਏਕਤਾ ਦੇ ਨਾਅਰੇ ਲੱਗੇ ਨੇ। ਉੱਥੇ ਕਿਸੇ ਨੇ ਕੋਈ ਅਵੱਗਿਆ ਨਹੀਂ ਕੀਤੀ, ਕਿਸੇ ਨੇ ਕੋਈ ਦੇਸ਼ ਵਿਰੋਧੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਉਹਨਾਂ ਦਾ। ਉਹ ਲੋਕ ਕਹਿੰਦੇ ਨੇ ਨਾ ਜਿਹੜੇ ਉੱਥੇ ਜਾਂਦੇ ਨੇ, ਪਰ ਤੁਸੀਂ ਹੁਣ ਆਪ ਦੇਖੋ ਕਿ ਜੋ ਕੁਛ ਵੀ ਉੱਥੇ ਵਾਪਰਦਾ, ਜਿੱਦਾਂ ਹੁਣ ਪਿਛਲੇ ਦਿਨ ਉੱਥੇ ਭਾਵੁਕ ਹੋ ਕੇ ਜਹਿਦਰ ਭੌਰ ਹੋਣਾ ਇੱਕ ਬਿਆਨ ਦੇਤਾ, ਅਗਲੇ ਦਿਨ ਉਹਨਾਂ ਨੂੰ ਕੀ ਭੁਗਤਣਾ ਪਿਆ ਉਹ ਵੀ ਤੁਸੀਂ ਦੇਖਿਆ। ਹੁਣ ਜਦੋਂ ਸਿਆਸਤ ਦੇ ਵਿੱਚ ਲੰਮਾ ਚੌੜਾ ਤੁਹਾਡਾ ਤਜਰਬਾ, ਮੈਂ ਉਸ ਐਂਗਲ ਤੋਂ ਕਹਿ ਰਿਹਾ ਵੀ ਪ੍ਰੈਕਟੀਕਲ ਗੱਲ ਕਰਦੇ ਹਾਂ ਵੀ ਤੁਹਾਨੂੰ ਲੱਗਦਾ ਕਿ ਵੀ ਉਹ ਸਾਰੇ ਕੁਛ ਨੂੰ ਬਣਾ ਦਿੱਤਾ ਜਾਊਗਾ ਅਤੇ ਇਸ ਪਾਸੇ ਜੇ ਤੁਰਦੇ ਹੋ ਦੇਖੋ ਇਸ ਪਾਸੇ ਰੋੜਾ ਟਾਇਆ ਜਾ ਸਕਦਾ। ਇਹਦੇ ਵਿੱਚ ਥੋੜ੍ਹੀ ਜਿਹੀ ਉਹਨਾਂ ਦੀ ਲੀਡਰਸ਼ਿਪ ਦੀ ਵੀ ਹੁਣ ਇੱਕ ਇਮਤਿਹਾਨ ਦੀ ਘੜੀ ਆ ਕਿ ਕੀ ਆਇਆ ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਇਕੱਠੇ ਕਰਦੇ ਨੇ ਜਿਹੜੇ ਇਸ ਦੇਸ਼ ਦੇ ਸੰਵਿਧਾਨ ਦੇ ਅੰਦਰ ਰਹਿ ਕੇ ਲੜਾਈ ਲੜਨਾ ਚਾਹੁੰਦੇ ਨੇ। ਅਗਰ ਤਾਂ ਉਹ ਇਹਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਰੀਜ਼ਨੇਬਲ ਡਿਮਾਂਡਸ ਜਿਹੜੀਆਂ, ਦੇਖੋ ਆਪਾਂ ਜੇ ਕਹਿ ਦਈਏ ਕਿ ਪੰਜਾਬ ਦੀਆਂ ਅਤੇ ਪੰਥ ਦੀਆਂ ਅਤੇ ਸਿੱਖਾਂ ਦੀ ਡਿਮਾਂਡਸ ਛੱਡ ਦੇਣ, ਦੈਟ ਇਜ਼ ਨੋਟ ਪੋਸੀਬਲ। ਜੇ ਸਿੱਖਾਂ ਦੀਆਂ ਐਸਪੀਰੇਸ਼ਨਸ ਅਤੇ ਸਿੱਖਾਂ ਦੀਆਂ ਗੱਲਾਂ ਅਤੇ ਪੰਥ ਦੀਆਂ ਜਿਹੜੀਆਂ ਨੀਡਸ ਨੇ ਜੇ ਪੰਜਾਬ ਦੇ ਵਿੱਚ ਅਸੀਂ ਲੋਕ ਨਹੀਂ ਕਰਾਂਗੇ ਤਾਂ ਕੌਣ ਕਰੂਗਾ? ਛੱਤੀਸਗੜ੍ਹ 'ਚੋਂ ਆਵਾਜ਼ ਆਊਗੀ, ਕਿਸੇ ਰਾਜਸਥਾਨ 'ਚੋਂ ਆਵਾਜ਼ ਆਊਗੀ? ਸੋ ਇਫ ਇਹ ਅਗਰ ਇਹ ਵੀ ਪੇਂਟ ਕਰਨਾ ਕਿ ਪੰਜਾਬ ਦੀ ਗੱਲ ਕਰਨਾ, ਜਿੱਦਾਂ ਮੈਂ 2020 ਦੇ ਵਿੱਚ ਗੱਲ ਕਰ ਰਿਹਾ ਸੀ, ਮੈਂ ਬੇਸਿਕਲੀ ਪੰਜਾਬ ਦੀ ਡਿਸਕ੍ਰਿਮੀਨੇਸ਼ਨ ਦੀ ਗੱਲ ਕਰ ਰਿਹਾ ਸੀ। ਸੋ ਇਹ ਸਾਰੀ ਉਹ ਸ਼ਰਾਰਤੀ ਲੋਕ ਨੇ, ਜਿੱਦਾਂ ਬਾਦਲ ਸਾਹਿਬ ਨੇ ਪਿੱਛੇ ਘੁੰਮਦੇ ਸੀ ਰੈਲੀ ਵਾਸਤੇ ਕਿ ਅਖੇ ਜੇ ਤੁਸੀਂ ਬਰਗਾੜੀ ਦਾ ਸਾਥ ਦਿੱਤਾ ਤਾਂ ਜਿਹੜਾ ਵਾਤਾਵਰਨ ਪੰਜਾਬ ਦਾ ਖਰਾਬ ਹੋ ਗਿਆ। ਵਾਤਾਵਰਨ ਉੱਦਣ ਖਰਾਬ ਨਹੀਂ ਹੁੰਦਾ ਜਿੱਦਣ ਬਾਦਲ ਸਾਹਿਬ ਗੁਰਜੰਟ ਸਿੰਘ, ਬੁੱਧ ਸਿੰਘ ਵਾਲੇ ਦੇ ਭੋਗ 'ਤੇ ਜਾਂਦੇ ਨੇ। ਖਾਲਿਸਤਾਨ ਕਮਾਂਡੋ ਫੋਰਸ ਦੇ ਜਿਹੜਾ ਜਰਨੈਲ ਮਾਰਿਆ ਗਿਆ ਸੀਗਾ ਮਾਲਵੇ ਦੀ ਧਰਤੀ 'ਤੇ, ਉਦੋਂ ਉਹਨਾਂ ਨੂੰ ਸੂਟ ਕਰਦਾ ਸੀਗਾ, ਉੱਥੇ ਵੀ ਚਲੇ ਗਏ। ਇਹਨਾਂ ਨੇ ਆਰਟੀਕਲ 25 ਕਲੋਜ਼ 2 ਆਫ ਦ ਕੋਨਸਟੀਟਿਊਸ਼ਨ ਸਾੜਿਆ ਪਾਰਲੀਮੈਂਟ ਦੇ ਬਾਹਰ। ਉਹ ਕੀ ਐਂਟੀ ਇੰਡੀਆ ਐਕਟੀਵਿਟੀ ਨਹੀਂ ਸੀਗੀ, ਪਰ ਉਹਨਾਂ ਨੂੰ ਸੂਟ ਕਰਦਾ ਸੀ ਬਾਦਲ ਸਾਹਿਬ ਦੀ ਰਾਜਨੀਤੀ ਨੂੰ। ਬੋਤਰਸ ਘਾਲੀ UNO ਦੇ ਸੈਕਟਰੀ ਜਨਰਲ ਆਏ ਇੱਕ ਵਾਰੀ 1992 ਦੇ ਵਿੱਚ। UNO ਸਭ ਤੋਂ ਵੱਡੀ ਬਾਡੀ ਆ ਇਸ ਵਰਲਡ ਦੀ। ਉਹਨੂੰ ਮੈਮੋਰੈਂਡਮ ਦਿੱਤਾ, ਸਿਮਰਨਜੀਤ ਸਿੰਘ ਮਾਨ ਦੇ ਨਾਲ ਗਏ ਨੇ ਬਾਦਲ ਸਾਹਿਬ ਕਿ ਸਾਨੂੰ ਇੱਕ ਵੱਖਰਾ ਸਿੱਖ ਰਾਜ ਚਾਹੀਦਾ ਵਾ। ਉਦੋਂ ਐਂਟੀ ਇੰਡੀਆ ਨਹੀਂ ਸੀ, ਉਦੋਂ ਵਾਤਾਵਰਨ ਖਰਾਬ ਨਹੀਂ ਸੀ ਹੁੰਦਾ। ਇਹ ਸਾਰੀਆਂ ਇੱਕ ਕੀ ਕਹਿੰਦੇ ਹੁੰਦੇ ਆ ਕਿ ਇਹ ਲੂੰਬੜ ਚਾਲਾਂ ਨੇ ਇਹਨਾਂ ਲੋਕਾਂ ਦੀਆਂ, ਲੋਕਾਂ ਨੂੰ ਡਰਾਉਣ, ਭੈਭੀਤ ਕਰਨਾ। ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੇ ਅਰਸਾ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਵਾ। ਦੇ ਆਰ ਨੋਟ ਸਿੰਸੇਅਰ ਟੂ ਦ ਸਟੇਟ। ਇਸ ਲਈ ਅਸੀਂ ਯਤਨ ਕਰਾਂਗੇ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ, ਸਾਰੀਆਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਇੱਕ ਇਸ ਤਰ੍ਹਾਂ ਦਾ ਸਾਂਝੀਵਾਲਤਾ ਦਾ ਪਲੈਟਫਾਰਮ ਕ੍ਰੀਏਟ ਕੀਤਾ ਜਾਵੇ ਜਿਹੜਾ ਪੰਜਾਬ ਜਿਸ 'ਚੋਂ ਮਹਿਕ ਪੰਜਾਬ ਦੀ ਆਵੇ। ਅੱਛਾ, ਇੱਥੇ ਖਹਿਰਾ ਸਾਹਿਬ ਜ਼ਰੂਰ ਸਵਾਲ ਬਣਦਾ। ਹੁਣ ਤੁਸੀਂ ਕਿਹਾ ਕਿ ਵੀ ਪਹਿਲਾਂ ਮੈਂ ਜਦੋਂ ਤੁਸੀਂ ਗੱਲ ਕਰਦੇ ਸੀ ਕਿ ਯਾਰ ਮੈਂ ਇਮਾਨਦਾਰੀ ਵਾਲੇ ਪਾਸੇ ਪੰਜਾਬ ਦੇ ਨਾਲ ਤੁਰਨਾ, ਹੁਣ ਤੁਸੀਂ ਕਾਂਗਰਸ 'ਚ ਵੀ ਬੰਦੇ ਦੇਖ ਲਏ, ਆਪ ਵਾਲੇ ਵੀ ਤੁਸੀਂ ਚੈੱਕ ਕਰ ਲਏ, ਅਕਾਲੀ ਦਲ ਬਾਰੇ ਤੁਹਾਨੂੰ ਪਹਿਲਾਂ ਹੀ ਪਤਾ, ਤੁਹਾਡੇ ਫਾਦਰ ਸਾਹਿਬ ਨੂੰ ਪਤਾ ਸੀਗਾ, ਹੈ ਨਾ। ਹੁਣ ਪੋਲੀਟੀਕਲ ਪਾਰਟੀਆਂ ਤਾਂ ਇਹੀ ਰਹਿ ਗਈਆਂ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਸਾਰੇ ਕੁਛ ਦੇ ਵਿੱਚੋਂ ਜਦੋਂ ਆਪਾਂ ਦੁਬਾਰਾ ਬੰਦੇ ਇਕੱਠ ਕਰਾਂਗੇ ਤਾਂ ਤੁਹਾਨੂੰ ਲੱਗਦਾ ਕਿ ਵੀ ਉਹ
ਫਿਰ ਇੱਕ ਪਾਰਟੀ ਬਣ ਕੇ ਕੋਈ ਲੰਮਾ ਸਮਾਂ ਚੱਲ ਸਕਣਗੇ? ਦੇਖੋ ਆਪਾਂ ਜੇ ਆਪਾਂ ਇਸ ਗੱਲ ਤੋਂ ਅੱਜ ਹੀ ਡਰ ਕੇ ਹਥਿਆਰ ਸੁੱਟ ਦਈਏ, ਦੈਟ ਇਜ਼ ਨੋਟ ਦ ਵੇ। ਨਹੀਂ ਮੈਂ ਇਹ ਪਤਾ ਕਿਉਂ, ਮੈਂ ਤੁਹਾਡੀ ਗੱਲ ਸਮਝ ਗਿਆ, ਪੰਜਾਬੀਆਂ ਦਾ ਡਰ ਇਹ ਹੈ ਵੀ ਜੋ ਆਪ ਨਾਲ ਹੋਇਆ, ਮੈਂ ਤੁਹਾਡੀ ਚਿੰਤਾ ਜੋ ਤੁਹਾਡੇ ਖਦਸ਼ੇ ਨੇ ਉਹ ਮੈਂ ਸਮਝਦਾ ਅੱਛੀ ਤਰ੍ਹਾਂ ਨਾਲ, ਪਰ ਮੇਰਾ ਇਹ ਮੰਨਣਾ ਵਾ ਕਿ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਅੱਛੇ ਲੋਕ ਬੈਠੇ ਨੇ, ਲੀਡਰ ਮਾੜੇ ਨੇ, ਪਾਰਟੀਆਂ ਬਦਨਾਮ ਕਰਤੀਆਂ, ਯੂ ਕੈਨੋਟ ਸੇ ਕਿ ਸਾਰਾ ਵਰਗ ਹੀ ਮਾੜਾ ਵਾ। ਜੇ ਫਰਜ਼ ਕਰੋ ਸਾਰਾ ਪੰਜਾਬ ਹੀ ਮਾੜਾ ਹੁੰਦਾ ਤਾਂ ਬੰਦਾ ਹੀ ਚੰਗਾ ਹੁੰਦਾ, ਅਤੇ ਫਿਰ ਬਰਗਾੜੀ ਅਤੇ ਕੋਟਕਪੂਰੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਬੰਦੇ ਕਿੱਦਾਂ ਪਹੁੰਚ ਜਾਂਦੇ, ਆਪ ਮੋਹਰੇ ਆ ਜਾਂਦੇ। ਇਸ ਲਈ ਮੇਰਾ ਇਹ ਮੰਨਣਾ ਕਿ ਅੱਜ ਵੀ ਸੱਚ ਦੀ ਬਹੁਤ ਕਦਰ ਹੈ, ਅੱਜ ਵੀ ਚੰਗਿਆਈ ਦੀ ਬਹੁਤ ਕਦਰ ਹੈ, ਔਰ ਚੰਗੇ ਬੰਦੇ ਹਰ ਪਾਰਟੀ 'ਚ ਬੈਠੇ ਨੇ। ਸੋ ਲਾਈਕ ਦੀ ਓਨਲੀ ਥਿੰਗ, ਇਮਤਿਹਾਨ ਇਹ ਹੁੰਦਾ ਵਾ ਕਿ ਤੁਸੀਂ ਟਰਾਈਡ ਟੈਸਟਡ ਜਿਹੜੇ ਲੋਕ ਰਿਪੀਟਡਲੀ ਲੋਕਾਂ ਨੂੰ ਚੀਟ ਕਰ ਚੁੱਕੇ ਨੇ ਉਹਨਾਂ ਤੋਂ ਬਚਣਾ ਵਾ, ਅਤੇ ਜਿਹੜੇ ਅੱਛੇ ਅਕਸ ਵਾਲੇ ਲੋਕ ਨੇ, ਤੁਸੀਂ ਹੁਣੇ ਆਪੇ ਜ਼ਿਕਰ ਕੀਤਾ ਕਿ ਬ੍ਰਹਮਪੁਰਾ ਸਾਹਿਬ ਨੇ, ਠੀਕ ਹੈ, ਉਹਨਾਂ ਨਾਲ ਉਹਨਾਂ ਨੇ ਇੱਕ ਅਕਾਲੀ ਦਲ ਦੀ ਬਾਦਲ ਪਰਿਵਾਰ ਦੀ ਤਾਨਾਸ਼ਾਹੀ ਦੇ ਖਿਲਾਫ ਝੰਡਾ ਖੜਾ ਕੀਤਾ ਵਾ, ਠੀਕ ਹੈ ਨਾ। ਹੁਣ ਇਸ ਤਰ੍ਹਾਂ ਦੇ ਲੋਕ ਵੀ ਬੈਠੇ ਨੇ, ਸਾਰੀਆਂ ਪਾਰਟੀਆਂ 'ਚ ਬੈਠੇ ਨੇ। ਕਾਂਗਰਸ 'ਚ ਵੀ ਮਾਇੰਡ ਯੂ ਜਿਹੜਾ ਬੀ ਅਤੇ ਸੀ ਕੈਟੇਗਰੀ ਦਾ ਕੇਡਰ ਆ, ਉਹਦੇ ਬਹੁਤ ਸਾਰੇ ਅੱਛੇ ਆਦਮੀ ਨੇ। ਹੁਣ ਇੱਦਾਂ ਹੀ ਨਵੀਂ ਲੀਡਰਸ਼ਿਪ ਇਮਰਜ ਹੋਊਗੀ ਨਾ, ਜੇ ਆਪਾਂ ਕਹੀਏ ਕਿ ਉਹੀ ਪੁਰਾਣੇ ਬੰਦੇ ਚੱਕ ਕੇ ਆਪਾਂ ਦੁਬਾਰਾ ਪੇਸ਼ ਕਰਾਂਗੇ, ਦੈਟ ਇਜ਼ ਹਾਓ ਚਰਨਿੰਗ ਪ੍ਰੋਸੈਸ ਹੁੰਦਾ ਹੈ ਸਾਰਾ ਰਾਜਨੀਤੀ ਦਾ। ਇਹਦੇ 'ਚੋਂ ਇਹਨਾਂ ਪਾਰਟੀਆਂ 'ਚੋਂ, ਸਮਾਜ 'ਚੋਂ ਬਹੁਤ ਸਾਰੇ ਲੋਕ ਬੁੱਧੀਜੀਵੀ, ਬਹੁਤ ਸਾਰੇ ਲੋਕ ਜਿੱਦਾਂ ਡਾਕਟਰ ਔਲਖ ਬੈਠੇ ਨੇ, ਡਾਕਟਰ ਕੇ ਐੱਸ ਔਲਖ, ਫੋਰਮਰ ਵਾਈਸ ਚਾਂਸਲਰ ਆਫ ਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਮੈਂ ਚੰਦ ਦਿਨ ਪਹਿਲਾਂ ਉਹਨਾਂ ਨੂੰ ਮਿਲਣ ਗਿਆ। ਮਾਫ ਕਰਨਾ, ਉਹਨਾਂ ਦੀ ਏਜ ਤਾਂ ਹੈ ਅਬਾਊਟ 73-74, ਬਟ ਹੀ ਇਜ਼ ਮੋਰ ਫਿਜ਼ੀਕਲੀ ਫਿੱਟ ਦੈਨ ਐਨ ਐਨੀ ਆਰਡਨਰੀ ਯੰਗ ਪਰਸਨ। ਸੋ ਉਹਨਾਂ ਦੀਆਂ ਸੇਵਾਵਾਂ ਲੈਣੀਆਂ ਐਗਰੀਕਲਚਰ ਐਗਰੇਰੀਅਨ ਇਕੋਨਮੀ ਨੂੰ ਇੰਪਰੂਵ ਕਰਨ ਵਾਸਤੇ। ਸੋ ਇੱਦਾਂ ਦੇ ਬਹੁਤ ਅੱਛੇ ਲੋਕ ਨੇ ਜਿਹਨਾਂ ਨੂੰ ਅਸੀਂ ਇਸ ਸੈਂਟਰ ਸਟੇਜ 'ਤੇ ਲਿਆ ਸਕਦੇ ਹਾਂ। ਬਿਲਕੁਲ ਸਹੀ। ਮੈਂ ਦੱਸਦਾ ਜੀ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਵਕਤ ਦੇਖ ਰਹੇ ਹੋ ਪ੍ਰਾਈਮ ਫੋਕਸ ਪ੍ਰਾਈਮ ਏਸ਼ੀਆ ਟੀਵੀ 'ਤੇ, ਅਤੇ ਸਾਡੀ ਅੱਜ ਕੋਸ਼ਿਸ਼ ਹੈ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਹਰ ਉਹ ਸਵਾਲ ਕਰ ਲਿਆ ਜਾਵੇ, ਵੈਸੇ ਸਵਾਲ ਤਾਂ ਰਹਿ ਵੀ ਜਾਣਗੇ ਕੁਛ, ਪਰ ਜਿੰਨੇ ਕੁ ਮੈਂ ਕਰ ਸਕਿਆ ਉਨੀ ਕੋਸ਼ਿਸ਼ ਜ਼ਰੂਰ ਕਰੂੰਗਾ। ਖਹਿਰਾ ਸਾਹਿਬ, ਹੁਣ ਇੱਕ ਨਾ ਪਿਛਲੇ ਦਿਨਾਂ ਤੋਂ ਅਸੀਂ ਡਿਸਕਸ ਕਰ ਰਹੇ ਸੀਗੇ, ਕਿਉਂਕਿ ਤੁਸੀਂ ਐੱਨ ਆਰ ਆਈਜ਼ ਨੂੰ ਵਾਰ ਵਾਰ ਗੱਲ ਕਰਦੇ ਹਾਂ, ਕਿਉਂਕਿ ਐੱਨ ਆਰ ਆਈਜ਼ ਨੇ ਪਹਿਲਾਂ ਫੰਡਿੰਗ ਵੀ ਬਹੁਤ ਕੀਤੀ। ਸਵਾਲ ਇਹ ਪੈਦਾ ਹੁੰਦਾ ਕਿ ਆਪਣੀ ਇੱਥੋਂ ਵਾਲੀ ਸੰਗਤ ਜਿਹੜੀ ਹੈ ਉਹ ਤਾਂ ਵਿਚਾਰੇ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਫਸੇ ਲੋਕ ਨੇ। ਐੱਨ ਆਰ ਆਈਜ਼ ਨੇ ਜ਼ਰੂਰ ਦੁਨੀਆ ਦੇਖ ਲਈ, ਇਸ ਕਰਕੇ ਉਹਨੂੰ ਲੱਗਦਾ ਹੈ ਕਿ ਜਿੱਦਾਂ ਦੇ ਬਾਹਰਲੇ ਮੁਲਕ ਨੇ ਅਸੀਂ ਵੀ ਪੰਜਾਬ ਨੂੰ ਬਣਾ ਲਈਏ। ਹੁਣ ਪ੍ਰੋਬਲਮ ਇੱਥੇ ਇਹ ਆਉਂਦੀ ਹੈ ਕਿ ਹਰ ਵਾਰ ਨਾ ਇੱਕ ਵਿਅਕਤੀ ਕੇਂਦਰਿਤ ਸਿਆਸਤ ਬਣ ਜਾਂਦੀ। ਵਿਅਕਤੀ ਕੇਂਦਰਿਤ, ਪਹਿਲਾਂ ਉਹ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕਾਂਗਰਸ ਨੇ ਬਣਾ ਲਈ, ਉਹ ਪ੍ਰਸ਼ਾਂਤ ਜੀ ਬਣਾ ਗਏ, ਅਰਵਿੰਦ ਕੇਜਰੀਵਾਲ ਹੋਰਾਂ ਨੇ ਉਹੀ ਬਣਾ ਲਏ, ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਹੁਣ ਕਿਤੇ ਇਹ ਨਾ ਹੋ ਜਾਏ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਲੋਕ ਸਪੋਰਟ ਕਰ ਰਹੇ ਆ, ਬਾਕੀ ਦੇ ਬੰਦੇ ਜਾਂ ਤਾਂ ਉਹਨਾਂ ਦਾ ਕੱਦ ਬੁੱਤ ਬਹੁਤ ਨੀਵਾਂ ਰਹਿ ਜਾਵੇ, ਅਤੇ ਬਾਅਦ ਦੇ ਵਿੱਚ ਪਤਾ ਲੱਗੇ ਖਹਿਰਾ ਸਾਹਿਬ ਨੇ ਕੁਛ ਹੋਰ ਡਿਸਾਈਡ ਕਰ ਲਿਆ, ਅਤੇ ਉਹਦੇ ਤੋਂ ਬਾਅਦ ਕੋਈ ਹੋਰ ਵਿਅਕਤੀ ਨਿਕਲ ਆਵੇ। ਅਸੀਂ ਚਾਹੁੰਦੇ ਸੀ ਵੀ ਤੁਹਾਨੂੰ ਨਹੀਂ ਲੱਗਦਾ ਕਿ ਵੀ ਹੁਣ ਉਸ ਤਰ੍ਹਾਂ ਦੀ ਸਿਆਸਤ ਕਰਨ ਦੀ ਲੋੜ ਹੈ ਕਿ ਵੀ ਆਹ ਸਾਡੀਆਂ ਮੱਦਾਂ ਹੋਣਗੀਆਂ ਆਪਾਂ ਇਹਦੇ 'ਤੇ ਚੱਲਾਂਗੇ? ਹਾਂ, ਆਏ ਮੈਂ ਸਾਰੇ ਆਪਣੇ ਵਿਊਜ਼ ਨੂੰ ਦੱਸਣਾ ਚਾਹੁੰਦਾ ਕਿ ਮੈਂ ਤਾਂ ਸ਼ੁਰੂ ਤੋਂ ਇਸ ਗੱਲ ਦਾ ਹਮੈਤੀ ਹਾਂ, ਇਸ਼ੂ ਬੇਸਡ ਪੋਲੀਟਿਕਸ ਹੈਜ਼ ਟੇਕਨ ਅ ਬੈਕ ਸੀਟ। ਅੱਜ ਤੁਸੀਂ ਦੇਖੋਗੇ ਪੰਜਾਬ ਦੇ ਪੋਲੀਟੀਕਲ ਸਪੈਕਟ੍ਰਮ 'ਤੇ ਐਜੂਕੇਸ਼ਨ ਦੀ ਕੋਈ ਗੱਲ ਨਹੀਂ ਹੋ ਰਹੀ, ਬਿਲਕੁਲ ਸਹੀ, ਹੈਲਥ ਕੇਅਰ ਦੀ ਗੱਲ ਨਹੀਂ ਹੋ ਰਹੀ, 5-6 ਹਜ਼ਾਰ ਆਦਮੀ ਸੜਕਾਂ 'ਤੇ ਮਾਰਿਆ ਜਾਂਦਾ ਐਕਸੀਡੈਂਟਾਂ ਵਿੱਚ, ਉਹਨਾਂ ਦੀ ਕੋਈ ਗੱਲ ਨਹੀਂ, ਅਵਾਰਾ ਪਸ਼ੂ ਫਿਰਦੇ ਨੇ ਮਾਲਵੇ ਦੀ ਧਰਤੀ 'ਤੇ, ਉਹਨਾਂ ਦੀ ਕੋਈ ਗੱਲ ਨਹੀਂ ਹੋ ਰਹੀ, ਭ੍ਰਿਸ਼ਟਾਚਾਰ ਜਦੋਂ ਧਰਮ 'ਤੇ ਜ਼ਾਤ ਪਾਤ ਆਉਂਦਾ ਉਦੋਂ ਭ੍ਰਿਸ਼ਟਾਚਾਰ ਅਗਰੇ ਇੰਪੋਰਟੈਂਟ ਬਰਨਿੰਗ ਇਸ਼ੂਜ਼ ਵੀ ਬੈਕ ਸੀਟ 'ਤੇ ਲੈਂਦੇ, ਵਾਤਾਵਰਨ ਖਰਾਬ ਆ, ਜ਼ਹਿਰੀਲਾ ਪਾਣੀ ਆ ਦਰਿਆਵਾਂ ਦੇ ਵਿੱਚ, ਕਨਾਲ ਵਾਟਰ ਪੰਜਾਬ ਦੇ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕਨਾਲ ਵਾਟਰ ਜਾਂਦਾ ਉਹ ਸਾਰਾ ਪੋਇਜ਼ਨਸ ਹੈ, ਕੈਂਸਰ ਕਿੰਨਾ ਵੱਧ ਗਿਆ ਵਾ, ਬੇਰੁਜ਼ਗਾਰੀ ਸਿੱਖਾਂ 'ਤੇ, ਡਰੱਗਸ, ਆਈ ਐਮ ਆਫ ਦਾ ਫਰਮ ਓਪੀਨੀਅਨ ਕਿ ਦੀਜ਼ ਆਰ ਦਾ ਇਸ਼ੂਜ਼ ਜਿਹੜੇ ਨਾ ਸਿਰਫ ਇਲੈਕਸ਼ਨ ਤੋਂ ਪਹਿਲਾਂ ਬਲਕਿ ਇਲੈਕਸ਼ਨ ਦੇ ਦੌਰਾਨ ਵੀ ਇਹੀ ਡਿਸਕਸ ਹੋਣੇ ਚਾਹੀਦੇ। ਔਰ ਪਰਸਨੈਲਿਟੀ ਕਲਟ ਪੋਲੀਟਿਕਸ ਜਿਹੜੀ ਆ, ਇਟ ਲੀਡਸ ਯੂ ਨੋ ਵੇਅਰ, ਉਹ ਸਿਰਫ ਇੱਕ ਆਦਮੀ ਦਾ ਨਾਮ। ਸੋ ਮੈਂ ਆਪ ਖੁਦ ਚਾਹੁੰਦਾ ਵਾਂ ਕਿ ਇੱਕ ਇਸ ਤਰ੍ਹਾਂ ਦੀ ਟੀਮ ਬਣੇ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਮੁੱਦਿਆਂ ਦੇ ਉੱਤੇ ਫੋਕਸ ਕਰੇ, ਔਰ ਮੈਂ ਇਹ ਵੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਗਰ 2019 'ਚ ਅਸੀਂ ਕੋਈ ਤਬਦੀਲੀ ਲਿਆਉਣ ਵਿੱਚ ਕਾਮਯਾਬ ਹੁੰਦੇ ਹਾਂ, ਹੁਣ ਤਾਂ ਇੱਕਦਮ ਇੰਨਾ ਟਾਈਮ ਨਹੀਂ ਹੈਗਾ, ਅਤੇ 2022 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜੇ ਇਸ਼ੂਜ਼ ਨੇ ਇਹਨਾਂ ਦਾ ਰਿਡਰੈਸਲ ਵੀ ਦੱਸਿਆ ਜਾਵੇ, ਇੱਕ ਵਿਜ਼ਨ ਪੇਸ਼ ਕੀਤੀ, ਉਹ ਵਾਲੀ ਨਹੀਂ ਜਿਹੜੀ ਪਾਰਟੀਆਂ ਮੈਨੀਫੈਸਟੋ 'ਚ ਪਾਉਂਦੀਆਂ ਨੇ। ਜੀ ਜੀ, 500-500 ਸਫ਼ੇ ਦਾ ਮੈਨੀਫੈਸਟੋ, ਕੋਈ ਟੀਚਰਾਂ ਨੂੰ ਵੀ ਕਹਿਤਾ ਤੁਹਾਨੂੰ ਪੱਕੇ ਕਰ ਦਿਆਂਗੇ, ਹੁਣ ਬੈਠੇ ਨੇ ਨਾ ਟੀਚਰ ਕੈਪਟਨ ਸਾਹਿਬ ਦੇ ਸ਼ਹਿਰ ਦੇ ਵਿੱਚ, ਉਹ ਵਹਿਦੇ ਨਹੀਂ। ਅਗਰ ਅਸੀਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਫਿਰ ਖੇਤੀ ਦਾ ਦੱਸਣਾ ਵਾ ਕਿ ਅਗਰ ਅੱਜ ਕਿਸਾਨ ਕਰਜ਼ਈ ਹੋ ਰਿਹਾ ਅਤੇ ਆਤਮਹੱਤਿਆ ਹੋ ਰਹੀ ਹੈ, ਇਹਦਾ ਹੱਲ ਕੀ ਆ? ਕੀ ਅਸੀਂ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ? ਕੀ ਅਸੀਂ MSP ਤੋਂ ਇਲਾਵਾ ਹਟ ਕੇ ਕੈਸ਼ ਕ੍ਰੋਪਸ ਨੂੰ ਪੰਜਾਬ ਦੇ ਲੋਕਾਂ ਨੂੰ ਉਹਨਾਂ ਵੱਲ ਤੋਰ ਸਕਦੇ ਹਾਂ? ਕੀ ਇਹਨਾਂ ਪੰਜਾਬ ਦੀ ਟੋਟਲ ਪ੍ਰੋਡਿਊਸ ਨੂੰ ਕਿਸੇ ਉਹਨਾਂ ਮੁਲਕਾਂ ਦੇ ਵਿੱਚ, ਚਾਹੇ ਉਹ ਮਿਡਲ ਈਸਟ ਆ, ਚਾਹੇ ਉਹ ਸੈਂਟਰਲ ਏਸ਼ੀਆ ਵਾ, ਕੀ ਇਹਨਾਂ ਤੱਕ ਅਸੀਂ ਪਹੁੰਚਾ ਕੇ ਅਤੇ ਪੰਜਾਬ ਦੇ ਕਿਸਾਨ
ਐਜੂਕੇਸ਼ਨ ਜਿਹੜੀ ਸੀਗੀ ਉਹ ਬੇਸਿਕਲੀ ਸਟੇਟ ਸਬਜੈਕਟ ਸੀਗਾ। ਅਨਫੋਰਚੂਨੇਟਲੀ ਐਮਰਜੈਂਸੀ ਤੋਂ ਬਾਅਦ ਇਸ ਨੂੰ ਕਨਕਰੰਟ ਲਿਸਟ 'ਤੇ ਪਾਤਾ। ਅੱਜ ਸਾਡੀ ਸਾਰੀ ਐਜੂਕੇਸ਼ਨ ਜਿਹੜੀ ਆ ਉਹ ਇਟ ਮੇ ਬੀ CBSE ਐਂਡ ਵਾਟ ਐਵਰ ਬਟ ਇਟ ਇਜ਼ ਗਵਰਨਡ ਬਾਈ ਡੈਲੀ। ਲਾਈਕਵਾਈਜ਼ ਹੈਲਥ ਕੇਅਰ, ਅਸਲ 'ਚ ਜਿਹੜੀ ਕਹਾਣੀ ਆ ਜਿਹੜਾ ਪੰਜਾਬ ਦਾ ਜਾਂ ਸਟੇਟਸ ਦਾ ਨੁਕਸਾਨ ਹੋਇਆ ਉਹ ਹੋਇਆ ਕਿ ਅਕਾਲੀ ਦਲ ਨੇ ਉਹ ਜਿਹੜੀ ਮੰਗ ਉਠਾਈ ਸੀ ਨਾ ਕਿ ਵੱਧ ਅਧਿਕਾਰ, ਉਹ ਵੱਧ ਅਧਿਕਾਰ ਲੈਂਦੇ ਜਿਹੜੇ ਅਧਿਕਾਰ ਕੋਲ ਸੀ ਉਹ ਵੀ ਸਰੈਂਡਰ ਕਰ ਚੁੱਕੇ ਨੇ। ਇਹ ਵੱਧ ਅਧਿਕਾਰਾਂ ਦੀ ਗੱਲ ਡਾਕਟਰ ਗਾਂਧੀ ਕਰਦੇ ਨੇ, ਤੁਸੀਂ ਸਪੋਰਟ ਕਰਦੇ ਹੋ ਉਸ ਚੀਜ਼? 100% ਬਿਕੋਜ਼ ਸਟੇਟਸ ਕੈਨੋਟ ਰਨ ਐਜ਼ ਮਿਊਨਸੀਪੈਲਿਟੀਜ਼। ਅੱਜ ਦੀ ਡੇਟ ਵਿੱਚ ਕੀ ਹੋ ਰਿਹਾ ਕਿ ਤੁਸੀਂ ਦੇਖੋ ਟੋਟਲ ਸਕੀਮਸ, ਸਰਬ ਸਿੱਖਿਆ ਅਭਿਆਨ, ਰਮਜ਼ਾ, ਸਾਰਾ ਕੁਛ ਗਵਰਨਮੈਂਟ ਆਫ ਇੰਡੀਆ ਪਲਾਨ ਕਰਕੇ ਭੇਜਦੀ ਕਿ ਤੁਸੀਂ ਆਪਣੇ ਸਕੂਲਾਂ ਵਿੱਚ ਪੰਜਾਬ ਦੇ ਆਹ ਕਰੋਗੇ, ਆਹ ਪੜ੍ਹਾਓਗੇ ਔਰ ਇਸ ਤਰ੍ਹਾਂ ਅਸੀਂ ਆਪਣੀ ਤੁਹਾਨੂੰ ਪੈਸੇ ਦੇਵਾਂਗੇ। ਪਰ ਇਹ ਫਿਊਚਰ ਰੂਰਲ ਹੈਲਥ ਮਿਸ਼ਨ ਮੈਂ ਆ ਰਿਹਾ ਉੱਥੇ ਜੀ, ਜਿਹੜੀ ਹੈਲਥ ਦੀਆਂ ਸਾਰੀਆਂ ਸਕੀਮਸ ਆ ਜਿੰਨੀਆਂ ਵੀ ਬਣਦੀਆਂ ਨੇ ਉਹ ਦਿੱਲੀਓਂ ਬੈਠੀਆਂ ਬਣ ਰਹੀਆਂ ਨੇ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਿੱਲੀਓਂ ਪੈਸੇ ਆ ਰਹੇ ਨੇ, ਸਾਰਾ ਕੁਛ ਦਿੱਲੀਓਂ ਬਣਦਾ ਆ ਰਿਹਾ ਵਾ। ਪੰਜਾਬ ਦੇ ਤਾਂ ਹੱਥ ਪੱਲੇ ਹੀ ਕੁਛ ਨਹੀਂ ਗਾ। ਦੇ ਕੈਨੋਟ ਮੇਕ ਐਨੀ ਸਕੀਮ ਸਿਟਿੰਗ ਇਨ ਚੰਡੀਗੜ੍ਹ ਔਰ ਇਨ ਜਲੰਧਰ ਔਰ ਇਨ ਅੰਮ੍ਰਿਤਸਰ ਜਾਂ ਕਿਸੇ ਪਿੰਡ ਵਿੱਚ। ਉਲਟ ਕਰਤਾ ਸਾਰਾ ਸਿਸਟਮ, ਜੋ ਕੰਮ ਸਰਪੰਚ ਅਤੇ ਲੰਬੜਦਾਰ ਅਤੇ ਲੋਕਲ MLA ਨੂੰ ਪਤਾ ਕਿ ਸਾਡੇ ਇਸ ਇਲਾਕੇ ਵਿੱਚ ਵਿਕਾਸ ਕਿਹੜਾ ਹੋਣਾ ਚਾਹੀਦਾ ਜੀ, ਉਹ ਸਾਰਾ ਕੁਛ ਦਿੱਲੀ ਸ਼ਿਫਟ ਹੋ ਗਿਆ ਵਾ। ਔਰ ਰਹਿੰਦੀ ਖੁੰਦੀ ਜਿਹੜੀ ਸਾਡੀ ਖੁਦਮੁਖਤਿਆਰੀ ਸੀਗੀ ਉਹ GST ਨੇ ਉਹਨੂੰ ਕਰਤਾ ਕਿਲ। ਫਾਈਨੈਂਸ਼ੀਅਲ ਅਟੋਨਮੀ ਸਟੈਂਡਸ ਟੋਟਲੀ ਕਿਲਡ ਇਨ ਇਨ ਦਾ ਸਟੇਟਸ ਆਫ ਇੰਡੀਆ। ਸਾਰਾ ਟੈਕਸ ਟੋਟਲ 100% ਉਹ ਕਲੈਕਟ ਉੱਥੋਂ ਲੈ ਜਾਂਦੇ ਨੇ, ਫਿਰ ਕਹਿੰਦੇ ਤੁਹਾਨੂੰ ਅਸੀਂ ਇੰਨਾ ਹਿੱਸਾ ਦੇ ਦੇਵਾਂਗੇ ਇੰਨਾ। ਮਨਪ੍ਰੀਤ ਸਿੰਘ ਬਾਦਲ ਇੱਕ ਕਾਬਲ ਫਾਈਨੈਂਸ ਮਿਨਿਸਟਰ ਆਪਾਂ ਗਿਣਦੇ ਹਾਂ, ਔਰ ਇਹਨੇ ਬਹੁਤ ਵੱਡੇ ਸ਼ਬਦ ਬੋਲੇ ਵਿਧਾਨ ਸਭਾ 'ਚ ਕਿ ਇਹ ਇਤਿਹਾਸਿਕ ਬਿੱਲ ਆ ਰਿਹਾ ਵਾ। ਉਹੀ ਮਨਪ੍ਰੀਤ ਸਿੰਘ ਬਾਦਲ ਹੁਣ ਇੱਕ ਸਾਲ ਤੋਂ ਬਾਅਦ ਕਹਿ ਰਿਹਾ ਵਾ ਕਿ ਸਾਡਾ ਸ਼ਾਇਦ 25-30% ਰੈਵਨਿਊ ਲੋਸ ਹੋ ਗਿਆ। ਸੋ ਮੈਂ ਫੈਡਰਲ ਅਟੋਨਮੀ ਦਾ ਅਟੋਨਮੀ ਟੂ ਦਾ ਸਟੇਟਸ ਐਂਡ ਵੱਧ ਅਧਿਕਾਰ ਦਿਆ 100% ਮੁਦਈ ਹਾਂ, ਔਰ ਮੈਂ ਸਮਝਦਾ ਕਿ ਇਹ ਸਾਰਾ ਇਟ ਸ਼ੁੱਡ ਬੀ ਰਿਵਾਈਜ਼ਡ ਔਰ ਸਾਰੀਆਂ ਦੇਖੋ ਇਹ ਤਾਂ ਹੁਣ ਜਦੋਂ ਆਪਾਂ ਮੇਰਾ ਮੈਂ ਪਤਾ ਕਿਉਂ ਗੱਲ ਕਰਦਾ, ਕਿਉਂਕਿ ਗੱਲ ਇਹ ਤਾਂ ਹੀ ਹੋ ਸਕਦੀ ਜੇ ਤੁਹਾਡੇ ਉੱਥੇ ਮੈਂਬਰ ਹੋਣ। ਪੰਜਾਬ ਕੋਲ ਅੱਗੇ 13 ਬੰਦੇ ਨੇ, 13 ਚੋਂ ਵੀ ਹੁਣ ਪਹਿਲਾਂ ਗਾਂਧੀ ਸਾਹਿਬ ਨੇ ਜਿਹੜੀ ਕੀਤੀ ਗੱਲ ਸ਼ੁਰੂ, ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਪਹਿਲਾਂ ਆਪਾਂ ਦੋ ਲੜਾਈਆਂ ਆਪਣੇ ਸਾਹਮਣੇ, ਇੱਕ ਹੈਗੀ ਸ਼ਾਰਟ ਟਰਮ 2019 ਦੀ, ਇੱਕ ਹੈਗੀ ਲੌਂਗ ਟਰਮ। ਇਹ ਫੈਡਰਲ ਅਤੇ ਮੋਰ ਪਾਵਰਸ ਟੂ ਸਟੇਟ, ਇਹ ਲੌਂਗ ਟਰਮ ਪ੍ਰੋਗਰਾਮ ਬਣਾਓ। ਜੇ ਫਰਜ਼ ਕਰੋ ਅਸੀਂ 10-11 MPs ਜੱਜਾਂ ਨੇ ਪੰਜਾਬ 'ਚੋਂ, ਅਸੀਂ ਲਾਈਕ ਮਾਈਂਡਡ ਰੀਜਨਲ ਪਾਰਟੀਆਂ ਦੇ ਸਾਰੇ MPs ਇਕੱਠੇ ਕਰਾਂਗੇ ਸਾਰੇ ਦੇਸ਼ ਦੇ ਵਿੱਚੋਂ, ਐਂਡ ਵਿਲ ਪ੍ਰੈਸ਼ਰਾਈਜ਼ ਦਾ ਗਵਰਨਮੈਂਟ ਆਫ ਇੰਡੀਆ ਕਿ ਤੁਸੀਂ ਸਾਰਾ ਕੁਛ ਇੱਥੇ ਆਪਣੇ ਕੋਲ ਕੇਂਦਰਿਤ ਕਰ ਲਿਆ ਵਾ। ਸਾਰਾ ਕੁਛ ਅਸਲ ਵਿੱਚ ਪਿੰਡਾਂ ਤੋਂ ਅਤੇ ਕਸਬਿਆਂ ਤੋਂ ਅਤੇ ਮੁਹੱਲਿਆਂ ਤੋਂ ਸ਼ੁਰੂ ਹੋਣਾ ਚਾਹੀਦਾ। ਉਲਟ ਕਰਤਾ ਗਵਰਨਮੈਂਟ ਆਫ ਇੰਡੀਆ ਨੇ, ਤਾਂ ਹੀ ਉਹ ਪ੍ਰੋਗਰੈਸ ਨਹੀਂ ਹੋ ਰਹੀ, ਕਿਉਂਕਿ ਜਦੋਂ ਤੁਸੀਂ ਯੂਨੀਵਰਸਲੀ ਕੋਈ ਸਕੀਮ ਲਾਗੂ ਕਰਦੇ ਹੋ, ਦਿੱਲੀ 'ਚ ਬੈਠ ਕੇ ਜਿਹੜੇ ਬਾਬੂ ਬੈਠੇ ਨੇ AC ਕਮਰਿਆਂ 'ਚ, ਉਹਨਾਂ ਨੂੰ ਕੀ ਪਤਾ ਕਿ ਮੌੜ ਮੰਡੀ ਦੇ ਪੁੱਚੋ ਮੰਡੀ ਦੇ ਪਿੰਡਾਂ ਦੇ ਵਿੱਚ ਕਿਹੜੀ ਲੋੜ ਹੈਗੀ ਆ। ਲੋੜ ਤਾਂ ਇੱਥੇ ਲੋਕ ਦੱਸਣਗੇ ਨਾ ਕਿ ਸਾਡੇ ਸਕੂਲਾਂ ਵਿੱਚ ਕਿਹੜੀ ਲੋੜ ਆ, ਸਾਡੀ ਡਿਸਪੈਂਸਰੀਆਂ 'ਚ ਕਿਹੜੀ ਲੋੜ ਆ, ਸਾਡੀਆਂ ਸੜਕਾਂ ਕਿਹੜੀ ਕਿਹੜੀ ਰਿਪੇਅਰ ਹੋਣ ਵਾਲੀਆਂ, ਸਾਡੇ ਲੋਕਲ ਇਸ਼ੂਜ਼ ਕੀ ਆ ਜੀ। ਸੋ ਦਿਸ ਇੰਟਾਇਰ ਸਿਸਟਮ ਬੇਸਿਕਲੀ ਹੈਜ਼ ਇਜ਼ ਨਾਓ ਫੋਲਟੀ। ਅੱਛਾ, ਔਰ ਇਹਨਾਂ ਲੋਕਾਂ ਨੇ ਜਿਹੜੇ ਬਾਦਲ ਸਾਹਿਬ ਹੋਣਾ, ਜਿਹਨਾਂ ਨੇ 60 ਸਾਲ ਰਾਜਨੀਤਿਕ ਰੋਟੀਆਂ ਸਿੱਕੀਆਂ, ਹੁਣ ਕਦੀ ਬੋਲਦੇ ਨੇ? ਸਿਰਫ ਮੈਨੀਫੈਸਟੋ ਵਿੱਚ ਲਿਖਣ ਲਈ ਲਿਖ ਦਿੱਤਾ ਕਿ ਵੀ ਵਾਂਟ ਅਟੋਨਮੀ, ਵੀ ਵਾਂਟ ਮੋਰ ਪਾਵਰਸ ਟੂ ਦਾ ਸਟੇਟਸ। ਅੱਛਾ ਨਹੀਂ, ਖੈਰਾ ਸਾਹਿਬ ਹੁਣ ਗੱਲ ਇਹ ਹੈ ਕਿ ਆਪਾਂ ਹੁਣ ਮੈਂ ਨਾ ਆਪਾਂ ਜਿੱਦਾਂ ਹੁਣ ਐਂਡ ਵਾਲੇ ਪਾਸੇ ਨੂੰ ਵੱਧ ਰਹੇ ਹਾਂ, ਤੁਸੀਂ ਥੋੜ੍ਹਾ ਜਿਹਾ ਜ਼ਰੂਰ ਆਪਣਾ ਜਿਹੜਾ ਵਿਜ਼ਨ ਹੈ ਹੁਣ ਅਗਲਾ ਉਹ ਜ਼ਰੂਰ ਸਾਡੇ ਇਸ ਮਾਧਿਅਮ ਰਾਹੀਂ ਲੋਕਾਂ ਦੇ ਨਾਲ ਸ਼ੇਅਰ ਕਰੋ, ਤਾਂ ਜੋ ਪੰਜਾਬ ਦੇ ਲੋਕ ਵੀ ਸਮਝ ਸਕਣ, ਪੰਜਾਬ ਤੋਂ ਬਾਹਰ ਬੈਠੇ ਲੋਕ ਮੇਰੇ ਹਿਸਾਬ ਦੇ ਨਾਲ ਵਿਜ਼ਨ ਕੀ, ਕਿਉਂਕਿ ਨਾ ਪਤਾ ਹੀ ਚੱਕਰ ਹੈ ਜੇ ਅੱਜ ਬਹਿ ਕੇ ਆਪਾਂ ਵੀ ਇਹੀ ਗੱਲਾਂ ਕਰਦੇ ਰਹਿਣਾ, ਆਪ ਇੱਦਾਂ ਕਰਤੀ ਅਸੀਂ ਇੱਦਾਂ ਕਰਕੇ, ਮੈਂ ਨਹੀਂ ਚਾਹੁੰਦਾ ਕਿ ਆਪਾਂ ਉਹਦਾ ਫਾਇਦਾ ਨਹੀਂ, ਗੱਲ ਖਤਮ ਹੋ ਗਈ। ਹਾਂ ਹਾਂ, ਆਈ ਅੰਡਰਸਟੈਂਡ। ਮੈਂ ਸਾਰੇ ਆਪਣੇ ਜਿਹੜੇ ਵਿਊਅਰਸ ਨੇ ਦੱਸਣਾ ਚਾਹੁੰਦਾ ਕਿ ਇਹ ਬੜਾ ਕੰਪਲੀਕੇਟਿਡ ਔਰ ਬਹੁਤ ਔਖਾ ਅਤੇ ਚੈਲੇਂਜਿੰਗ ਟਾਸਕ ਆ। ਜਿੰਨੀਆਂ ਦਰਪੇਸ਼ ਨੇ ਮੁਸ਼ਕਲਾਂ, ਜਿੱਦਾਂ 2.5 ਲੱਖ ਕਰੋੜ ਦਾ ਕਰਜ਼ਾ ਅੱਜ ਪੰਜਾਬ ਦੇ ਸਾਹਮਣੇ, ਹੁਣ ਇਹਦੇ 'ਚੋਂ ਇੱਕਦਮ ਤੱਕ ਕਿਸੇ ਨੂੰ ਕੱਢਿਆ ਨਹੀਂ ਜਾ ਸਕਦਾ, ਕੋਈ ਨਾਮ ਨਹੀਂ ਲੈਂਦਾ ਉਹਦੇ 'ਤੇ ਤੁਸੀਂ ਟੋਟਲ ਜਿਹਨੂੰ ਕਹਿੰਦੇ ਫਿਸਕਲ ਰਿਵਿਊ ਆਫ ਦਾ ਸਟੇਟ ਕਿ ਕਿੱਥੇ ਕਿੱਥੇ ਲੀਕੇਜਸ ਨੇ, ਕੌਣ ਕੌਣ। ਹੁਣ ਦੇਖੋ ਨਾ, ਆਪਾਂ ਕਹਿਣ ਨੂੰ ਜੋ ਮਰਜ਼ੀ ਕਰੀ ਚੱਲੀਏ, ਮਤਲਬ 2-2.5-2.5 ਸੌ ਗੱਡੀ ਚੀਫ ਮਿਨਿਸਟਰ ਇਕੱਲਾ ਹੀ ਲਈ ਬੈਠਾ ਵਾ। ਆਹ DC SSP ਜੇ 15-15 ਕਿੱਲਿਆਂ ਦੀ ਕੋਠੀਆਂ 'ਚ ਰਹਿ ਰਹੇ ਨੇ, ਯੂ ਨੋ ਜਸਟ ਔਨ ਦਾ ਫੇਸ ਆਫ ਇਟ। ਜਿਹੜੀ ਫਜ਼ੂਲ ਖਰਚੀ ਸਿਕਿਉਰਿਟੀ ਦੇ ਨਾਮ 'ਤੇ ਮੇਰਾ ਖਿਆਲ ਅਫਸਰ ਚੰਡੀਗੜ੍ਹੋਂ ਤੁਰਦੇ ਨੇ, 18 ਸੈਕਟਰ ਤੋਂ 9 ਸੈਕਟਰ ਪੁਲਿਸ ਹੈੱਡਕੁਆਰਟਰ ਜਾਣਾ, 2 ਜਿਪਸੀਆਂ ਅੱਗੇ ਨੇ, 2 ਜਿਪਸੀਆਂ ਪਿੱਛੇ ਨੇ, ਉੱਥੇ ਜਾ ਕੇ ਸਾਰਾ ਦਿਨ ਬਸ ਚਾਹ ਦਾ ਕੱਪ ਪੀਣਾ, ਮਾੜੀਆਂ ਮੋਟੀਆਂ ਗੱਪਾਂ ਛੱਪਾਂ ਮਾਰਨੀਆਂ, ਦਿਸ ਹਾਰਡਲੀ ਐਨੀ ਵਰਕ। ਇਹ ਤਾਂ ਸਾਰਾ ਫਾਈਨੈਂਸ਼ੀਅਲ ਸਿਸਟਮ ਨੂੰ ਰਿਵਿਊ ਕਰਨਾ ਪਊਗਾ। ਲਾਈਕਵਾਈਜ਼ ਐਗਰੇਰੀਅਨ ਇਕੋਨਮੀ ਜਿਹੜੀ ਸਾਡੀ ਕੋਲੈਪਸ ਹੋਈ ਆ, ਲਾਈਕਵਾਈਜ਼ ਲਾਅ ਐਂਡ ਆਰਡਰ, ਲਾਈਕਵਾਈਜ਼ ਡਰੱਗਸ, ਲਾਈਕਵਾਈਜ਼ ਕਰਪਸ਼ਨ। ਮੇਰਾ ਇਹ ਮੰਨਣਾ ਵਾ ਕਿ ਸਾਨੂੰ ਬਹੁਤ ਸਿਰ ਜੋੜ ਕੇ 2022 ਤੋਂ 1 ਸਾਲ ਪਹਿਲਾਂ ਕੋਈ ਸਾਨੂੰ ਇਹਨਾਂ ਮਸਾਇਲ ਦੇ ਜਿਹੜੇ ਹੱਲ ਹਨ ਪੁਖਤਾ, ਇਟ ਕੁੱਡ ਬੀ ਕਾਲਡ ਏ ਵਿਜ਼ਨ ਡਾਕੂਮੈਂਟ, ਇਟ ਕੁੱਡ ਬੀ ਕਾਲਡ ਆਵਰ ਪੋਲਿਸੀ ਪ੍ਰੋਗਰਾਮ, ਯੂ ਨੋ ਲਿਟਰਲੀ ਮਸਲੇ ਅਤੇ ਉਸ ਦਾ ਹੱਲ।
ਇਹ ਸਾਨੂੰ ਕੁਛ ਨਾ ਕੁਛ ਪੇਸ਼ ਕਰਾਂਗੇ, ਇਹਦੇ ਲਈ ਸਾਨੂੰ ਬਹੁਤ ਕੰਮ ਕਰਨਾ ਪੈਣਾ ਹੈ ਐਂਡ ਵੀ ਵਿਲ ਬੀ ਮੂਵਿੰਗ ਟੂਵਰਡਸ ਦੈਟ ਡੈਫੀਨੇਟਲੀ ਆਫਟਰ 2019 ਲੋਕ ਸਭਾ ਇਲੈਕਸ਼ਨਸ। ਪਰ ਉਹਦੇ ਵਿੱਚ ਅਜੇ ਲੋੜ ਹੈ, ਅਸੀਂ ਸਾਰਾ ਕੁਛ 5 ਸਾਲਾਂ 'ਚ ਨਾ ਕਰ ਸਕੀ, ਬਟ ਅਸੀਂ ਇੱਕ ਇੱਦਾਂ ਦਾ ਰੋਡ ਮੈਪ ਤਿਆਰ ਹੋ ਜਾਵੇ ਕਿ ਉਹਦੇ 'ਤੇ ਇੱਕ ਵਾਰ ਤੁਰ ਪਵੇ ਸਟੇਟ। ਹੁਣ ਜਿਹੜੇ ਕੰਟਰੀਜ਼ ਅੱਛੇ ਨੇ ਜਿੱਥੋਂ ਆਪਣੇ ਲੋਕ ਜਾ ਰਹੇ ਨੇ ਬਾਹਰ, ਕੈਨੇਡਾ ਔਰ ਯੂਰਪ ਜਾਂ ਅਮੈਰੀਕਾ, ਹੁਣ ਉੱਥੇ ਵੀ ਤਾਂ ਕਿਸੇ ਬੰਦਿਆਂ ਨੇ ਇਹ ਸਾਰਾ ਸਿਸਟਮ ਠੀਕ ਕੀਤਾ ਨਾ। ਕਿਸੇ ਨੇ ਆਣ ਕੇ ਕੋਈ 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 ਉੱਪਰੋਂ ਤਾਂ ਆਇਆ ਨੀਗਾ, ਕੋਈ ਮਸ਼ੀਨ ਤਾਂ ਚਲਾਉਂਦੀ ਨੀਗੀ ਉੱਥੇ। ਸਿਰਫ ਇੰਨਾ ਹੀ ਅੰਤਰ ਮੈਂ ਸਮਝਦਾ ਕਿ ਉੱਥੋਂ ਦੀ ਲੀਡਰਸ਼ਿਪ ਓਨੈਸਟ ਆ ਅਤੇ ਆਪਣੇ ਲੋਕ ਜਿਹੜੇ ਨੇ ਬੇਈਮਾਨ ਆ। ਬੇਈਮਾਨ ਲੀਡਰਸ਼ਿਪ ਨੇ ਆਪਣੀ ਸਟੇਟ ਅਤੇ ਆਪਣੇ ਦੇਸ਼ ਨੂੰ ਰੱਜ ਕੇ ਤਬਾਹ ਕੀਤਾ ਵਾ। ਇਹਨੂੰ ਰੀਰੇਲ ਕਰਨ ਵਾਸਤੇ ਅਫਕੋਰਸ ਇਹਦੇ ਸਲਿਊਸ਼ਨਸ ਲੱਭਣੇ ਬਹੁਤ ਔਖਾ, ਬਟ ਵੀ ਹੈਵ ਟੂ ਸਟਾਰਟ ਵਿਦ ਦ ਸਬਜੈਕਟ ਆਫ ਓਨੈਸਟੀ। ਜਿੱਦਣ ਇਮਾਨਦਾਰ ਬੰਦੇ ਉੱਤੇ ਬੈਠ ਗਏ, ਮੈਨੂੰ ਨਹੀਂ ਲੱਗਦਾ ਕਿ ਥੱਲੇ ਪਟਵਾਰੀ ਅਤੇ ਤਹਿਸੀਲਦਾਰ ਇੰਨੀ ਲੁੱਟ ਕਰ ਸਕਦੇ ਨੇ ਜਿਹੜੀ ਹੁਣ ਹੋ ਰਹੀ ਹੈ। ਅੱਛਾ, ਪਤਾ ਲੱਗ ਗਿਆ ਕਿ ਉੱਤੇ ਬੈਠੇ ਨੇ ਜੀ ਔਰ ਸਜ਼ਾ ਮਿਲੇਗੀ। ਔਰ ਆਹ ਜਿਹੜਾ ਵਿਜੀਲੈਂਸ ਬਿਊਰੋ ਪੰਜਾਬ ਸਰਕਾਰ ਦਾ ਚੌਕਸੀ ਵਿਭਾਗ, ਤੁਸੀਂ ਦੇਖੋਗੇ ਅਖਬਾਰ ਪੜ੍ਹ ਲਿਆ ਕਰੋ, ਜਗਬਾਣੀ ਅਜੀਤ ਵਿੱਚ ਇੰਨੀ ਕੁ ਖਬਰ ਲੱਗੀ ਹੁੰਦੀ 15 ਦਿਨ ਬਾਅਦ, ਇੱਕ ਲਾਈਨਮੈਨ ਫੜ ਲਿਆ 15,000 ਰਿਸ਼ਵਤ ਲੈਂਦੇ, ਇੱਕ ਕੋਈ ਕਲਰਕ ਫੜ ਲਿਆ, ਇੱਕ ਪਟਵਾਰੀ ਫੜ ਲਿਆ। ਵੱਡੀ ਮੱਛੀ ਤਾਂ ਫੜੀ ਨਹੀਂ ਕਦੇ ਕਿਸੇ ਨੇ। ਜਿੱਦਣ ਤੁਸੀਂ ਵੱਡੀ ਮੱਛੀ ਫੜ ਕੇ ਇੱਕ ਟੰਗ ਦਿੱਤੀ, ਤੁਸੀਂ ਦੇਖ ਲੈਣਾ ਉਹਦਾ ਇਫੈਕਟ ਜਿਹੜਾ ਕਰਪਸ਼ਨ 'ਤੇ ਕਿੰਨਾ ਹੋਵੇਗਾ। ਸੋ ਆਈ ਪਰਸਨਲੀ ਫੀਲ ਕਿ ਸਾਰੀਆਂ ਗੱਲਾਂ ਦਾ ਮੁੱਢ ਜਿਹੜਾ ਵਾ ਦੈਟ ਇਜ਼ ਓਨੈਸਟੀ। ਜਿੱਦਣ ਓਨੈਸਟ ਲੀਡਰਸ਼ਿਪ ਪੰਜਾਬ ਨੂੰ ਮਿਲ ਜਾਵੇਗੀ, ਪੰਜਾਬ ਆਪਣੀ ਸੜਕ ਦੇ ਉੱਤੇ, ਤਰੱਕੀ ਦੀ ਸੜਕ ਦੇ ਉੱਤੇ ਆਪਣੇ ਆਪ ਪੈ ਜਾਵੇਗਾ। ਆਖਰੀ 2 ਸਵਾਲ ਆਪਾਂ ਨੇ ਕਿ ਤੁਸੀਂ ਜਵਾਬ ਜ਼ਰੂਰ ਦਿਓ। ਇੱਕ ਤਾਂ ਤੁਸੀਂ ਇਹ ਕਿਹਾ ਸੀ ਕਿ ਜਿਹੜਾ NRI ਨੇ ਉਧਰੋਂ ਫੰਡਿੰਗ ਕੀਤੀ ਹੈ ਉਹਦਾ ਪੂਰੇ ਦਾ ਪੂਰਾ ਹਿਸਾਬ ਕਿਤਾਬ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋ। ਮੈਂ ਨਹੀਂ ਕਹਿ ਰਿਹਾ, ਹੁਣ ਕੱਲ੍ਹ ਸਾਂਝਾ ਕਰ ਰਹੇ ਹੋ। 100 NRIs ਨੇ ਇੱਕ ਚਿੱਠੀ ਲਿਖੀ ਆ ਅਰਵਿੰਦ ਕੇਜਰੀਵਾਲ ਨੂੰ। ਇਹ ਤਾਂ ਆਪਾਂ ਸਾਰੇ ਮੰਨਦੇ ਨਾ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ NRIs ਨੇ ਫੰਡਿੰਗ ਕੀਤੀ, ਔਰ ਇਕੱਲੀ ਫੰਡਿੰਗ ਨਹੀਂ ਕੀਤੀ, ਜਹਾਜ਼ ਭਰ ਭਰ ਕੇ ਇੱਥੇ ਆਏ, ਕਾਲਿੰਗ ਕੀਤੀ, ਦਿੱਲੀ ਦੇ ਇਲੈਕਸ਼ਨ 'ਚ ਪਹੁੰਚੇ ਉੱਥੇ ਜਾ ਕੇ। ਸੋ ਕੀ ਇਸ ਦੀ ਟ੍ਰਾਂਸਪੇਰੈਂਸੀ ਨਹੀਂ ਹੋਣੀ ਚਾਹੀਦੀ? ਹਾਂ, ਕੋਈ ਜਵਾਬਦੇਹੀ ਨਹੀਂ ਹੋਣੀ ਚਾਹੀਦੀ? ਉਹ ਤਾਂ ਸਿਰਫ ਆਪਣਾ ਹਿਸਾਬ ਮੰਗ ਰਹੇ ਨੇ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਪੈਸਾ ਜਿਸ ਵੱਡੇ ਪੱਧਰ 'ਤੇ, ਇਹ ਪੈਸਾ ਕੋਈ ਛੋਟਾ ਮੋਟਾ ਨਹੀਂ ਸੀਗਾ। ਇਹ ਫੰਡਿੰਗ ਕੁਡ ਰਨ ਇਨ ਟੂ ਹੰਡਰਡਸ ਆਫ ਕਰੋੜਸ, ਅਤੇ ਉਹ ਪੈਸਾ ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਲਈ ਅਤੇ ਪੰਜਾਬੀਆਂ ਅਤੇ ਕੈਂਡੀਡੇਟਸ ਦੀ ਮਦਦ ਵਾਸਤੇ ਤਾਂ ਆਇਆ ਹੀ ਨਹੀਂ ਗਾ, ਬਾਹਰ ਰਹਿ ਗਿਆ। ਸੋ ਇਹ ਉਹਨਾਂ ਦਾ ਇਲਜ਼ਾਮ, ਮੈਂ ਉਹਨੂੰ ਕਰਦਾ ਵਾਂ, ਪੁਖਤਾ ਕਰਦਾ ਵਾਂ। ਔਰ NRI ਸਾਡੇ ਸਮਾਜ ਦਾ, ਸਾਡੇ ਪੰਜਾਬ ਦਾ ਬੜਾ ਅਹਿਮ ਵੰਗ ਇੱਕ ਅੰਗ ਹਨ। ਉਹਨਾਂ ਨੂੰ ਅਸੀਂ ਇਨਕਲੂਸਿਵ ਗਰੋਥ ਵਿੱਚ, ਸਾਨੂੰ ਉਹਨਾਂ ਨੂੰ ਨਾਲ ਭਾਈਵਾਲ ਬਣਾਉਣਾ ਪਵੇਗਾ। ਆਖਰੀ ਸਵਾਲ ਕਿ ਭਾਜਪਾ ਨਾਲ ਅਲਾਇੰਸ ਹੋ ਸਕਦਾ? ਬਿਲਕੁਲ ਨਹੀਂ। ਤੁਹਾਨੂੰ ਮੈਂ ਦੱਸਦਾ ਵਾ ਕਿ ਸੀ ਪਹਿਲੇ ਪਿੱਛੇ ਜੇ ਕਿ ਨਹੀਂ? ਨਹੀਂ ਨਹੀਂ, ਨਥਿੰਗ ਆਫ ਦੈਟ। ਛੋੜੇ ਦਾ ਐਵੇਂ ਇਲਜ਼ਾਮ ਸਾਰੇ ਲਾਈ ਜਾਂਦੇ ਜਿਹਦਾ ਦਿਲ ਕਰਦਾ। ਕੋਈ ਮੈਨੂੰ ਕਾਂਗਰਸ ਦਾ ਏਜੰਟ ਬਣਾ ਦਿੰਦਾ, ਕੋਈ RSS ਤੋਂ 500 ਕਰੋੜ ਰੁਪਇਆ ਆ ਗਿਆ, ਕੋਈ ਕਹਿ ਦਿੰਦਾ ਜੀ ਇਹ ਅਕਾਲੀ ਦਲ ਦੇ ਏਜੰਟ ਨੇ ਜੀ। ਸਾਡਾ ਇਹ ਮੰਨਣਾ ਵਾ ਕਿ ਪੰਜਾਬ ਨੂੰ ਅਗਰ ਇਸ ਗੰਦਗੀ 'ਚੋਂ ਕੱਢਣਾ, ਵੀ ਹੈਵ ਟੂ ਮੇਨਟੇਨ ਇਕੁਈ ਡਿਸਟੈਂਸ ਵਿਦ ਬੋਥ ਦ ਪਾਰਟੀਜ਼, ਵਿਦ ਦ ਕਾਂਗਰਸ ਐਂਡ ਵਿਦ ਦੀ ਅਕਾਲੀ ਦਲ BJP ਅਲਾਇੰਸ। ਸੋ BJP ਇਜ਼ ਅ ਪਾਰਟ ਆਫ ਅਕਾਲੀ ਦਲ। ਜੇ ਪੰਜਾਬ ਦੇ ਆਪਾਂ ਪਰਸਪੈਕਟਿਵ ਤੋਂ ਦੇਖਾਂਗੇ ਤਾਂ ਉਹਨਾਂ ਦੇ ਨਾਲ ਅਸੀਂ ਸੰਧੀ ਕਰਕੇ ਅਤੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਡਾਂਗਾ ਖਾਣੀਆਂ ਵਾ, ਨੈਵਰ ਐਵਰ। ਹਾਂ, ਕੋਈ ਸਮਾਂ ਆਵੇਗਾ ਉਹ ਅਕਾਲੀ ਦਲ ਤੋਂ ਟੁੱਟਣਗੇ, ਔਰ ਅਗਰ ਕੋਈ ਉਹਨਾਂ ਦੀ ਕਦੀ ਸਰਕਾਰ ਬਣਦੀ, ਜਿਹੜੇ ਪੰਜਾਬ ਦੇ ਮੁੱਦੇ ਉਹਨਾਂ ਨੂੰ ਐਡਰੈਸ ਕਰਨਗੇ। ਗੁਰੂ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਜੀ ਜੀ, ਕੋਈ ਕਿਉਂ ਨਹੀਂ ਐਡਰੈਸ ਕਰਦੀ BJP ਦੀ ਗਵਰਨਮੈਂਟ? ਇਮਰਾਨ ਖਾਨ ਕਹਿੰਦਾ ਵਾ ਕਿ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ, ਅਤੇ ਸਾਡੇ ਵਾਲੇ ਚੁੱਪ ਕਰਕੇ ਬੈਠ ਗਏ ਨੇ। ਪੰਜਾਬ ਦੇ ਫਾਰਮਰਸ ਲਈ ਕੋਈ ਵੱਡਾ ਪੈਕੇਜ ਗਵਰਨਮੈਂਟ ਆਫ ਇੰਡੀਆ, ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ, ਸਾਡੇ ਪਾਣੀਆਂ ਦਾ ਇਸ਼ੂ ਆ, ਸਾਡੀ ਜਿਹੜੀਆਂ ਪਾਰਟੀਆਂ ਸਾਡੀ ਹੱਕੀ ਮੰਗਾਂ ਦੇ ਨਾਲ ਖੜਨਗੀਆਂ, ਉਹਨਾਂ ਦੇ ਨਾਲ ਤਾਂ ਕਿਸੇ ਵੇਲੇ ਸੋਚਿਆ ਜਾ ਸਕਦਾ, ਪਰ ਇਸ ਕਰਪਟ ਸਿਸਟਮ ਅਤੇ ਕਰਪਟ ਟ੍ਰੈਡੀਸ਼ਨਲ ਪਾਰਟੀਜ਼ ਦੇ ਨਾਲ ਨੋ ਕੁਐਸਚਨ ਆਫ ਅਲਾਇੰਸ। ਕਾਂਗਰਸ ਨਾਲ ਵੀ ਕਦੀ ਨਹੀਂ, ਕਿਉਂਕਿ ਉੱਧਰ ਤਾਂ ਰਾਹੁਲ ਗਾਂਧੀ ਉਹਨਾਂ ਨਾਲ ਪੁਰਾਣੀ ਸਾਂਝ। ਦੇਖੋ, ਲੈਟਸ ਬੀ ਫੇਅਰ, ਆਪਾਂ ਅੱਜ ਦੇ ਦ੍ਰਿਸ਼ ਦੀ ਗੱਲ ਕਰ ਰਹੇ ਨਾ। ਅੱਜ ਦੀ ਡੇਟ ਵਿੱਚ ਇਹਨਾਂ ਦੋਨਾਂ ਵੱਡੀਆਂ ਪਾਰਟੀਆਂ ਨੇ ਹੀ ਪੰਜਾਬ ਨੂੰ ਇਸ ਕਾਗਾਰ 'ਤੇ ਲੈ ਕੇ ਆਉਂਦਾ ਜਿੱਥੇ ਅੱਜ ਪੰਜਾਬ ਖੜਾ ਵਾ। ਸੋ ਇਹਨਾਂ ਦੇ ਨਾਲ ਅਲਾਇੰਸ ਕਰਕੇ, ਜੇ ਮਤਲਬ ਅਗਰ ਤਾਂ ਅਸੀਂ ਡੈਮੋਕ੍ਰੇਸੀ ਵਿੱਚ ਲੜਨਾ ਜਾ ਕੇ ਲੋਕਾਂ ਨਾਲ, ਫਿਰ ਅਸੀਂ ਇਹਨਾਂ ਨਾਲ ਅਲਾਇੰਸ ਕਰਕੇ ਐਡੇ ਮੂਰਖ ਤਾਂ ਅਸੀਂ ਵੀ ਨਹੀਂ ਹੈਗੇ। ਅਸੀਂ ਕਹਾਂਗੇ ਲਾਈਕ ਮਾਈਂਡਡ ਪ੍ਰੋਗਰੈਸਿਵ ਲੋਕਾਂ ਦੇ ਨਾਲ, ਚੰਗੀਆਂ ਪਾਰਟੀਆਂ ਦੇ ਨਾਲ, ਜਿਹੜਾ ਇੱਕ ਅੱਛਾ ਸਾਫ਼ ਸੁਥਰਾ ਬਦਲ ਪੇਸ਼ ਕਰ ਸਕਣ। ਖਿਆਲਾ ਸਾਹਿਬ ਤੁਸੀਂ ਆਏ, ਮੇਰਾ ਖਿਆਲ ਅੱਜ ਤੁਸੀਂ ਦਿਲੋਂ ਕਾਫ਼ੀ ਸਾਰੀਆਂ ਗੱਲਾਂ ਸਾਡੇ ਨਾਲ, ਮੈਂ ਹਮੇਸ਼ਾ ਦਿਲੋਂ ਕਰਦਾ, ਪਰ ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਫਤਿਹ ਜੀ ਸਾਰਾ, ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਵੀ ਸਾਡੇ ਤੱਕ ਪਹੁੰਚਾਉਂਦੇ ਰਹਿਣਾ, ਅਤੇ ਆਸ ਕਰਦੇ ਹਾਂ ਕਿ ਅੱਜ ਖਹਿਰਾ ਸਾਹਿਬ ਦੇ ਦਿਲ 'ਚ ਕੀ ਆ ਅਤੇ ਉਹ ਗਾਂ ਕੀ ਸੋਚਦੇ ਨੇ ਪੰਜਾਬ ਦੇ ਬਾਰੇ 'ਚ, ਉਹ ਵੀ ਤੁਹਾਡੇ ਤੱਕ ਪਹੁੰਚਿਆ ਹੋਏਗਾ। ਪ੍ਰਾਈਮੇਸ਼ੀਆ TV ਨੂੰ ਪਿਆਰ ਮੁਹੱਬਤ ਕਰਨ ਲਈ ਬਹੁਤ ਧੰਨਵਾਦ। ਫਿਲਹਾਲ ਦਿਓ ਇਜਾਜ਼ਤ ਗੁਰਪ੍ਰੀਤ ਸੰਧਾਵਾਲੀ ਨੂੰ, ਦੇਖਦੇ ਰਹਿਣਾ ਪ੍ਰਾਈਮੇਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।